ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਬਹੁਤ ਟਾਈਮ ਬਾਅਦ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਆਂ। ਸੋ ਅੱਜ ਤੁਹਾਡੇ ਨਾਲ ਗੱਲਾਂ ਕਰਾਂਗੇ ਕੁਸ਼ਕ। ਸਭ ਤੋਂ ਪਹਿਲਾਂ ਦਾ ਆਪਦਾ ਐਕਸਪੀਰੀਅੰਸ ਸ਼ੇਅਰ ਕਰਾਂਗੇ 2-3 ਮਹੀਨਿਆਂ ਦਾ ਕੈਨੇਡਾ ਦਾ ਬ੍ਰੈਂਪਟਨ ਦਾ ਜੋ ਵੀ ਆ। ਸੋ ਆਓ ਤੁਹਾਡੇ ਨਾਲ ਅੱਜ ਗੱਲਾਂ ਕਰਦੇ ਆਂ ਗੱਡੀ 'ਚ ਬੈਠ ਕੇ। ਕੋਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਾਰਿਆਂ ਨੂੰ ਸ਼ਾਇਦ ਕੋਈ ਸਿੱਖਣ ਨੂੰ ਮਿਲੇ। ਜਿਨ੍ਹਾਂ ਨੇ ਹਜੇ ਜਿਹੜੇ ਹਜੇ ਆਉਣੇ ਆ ਇੱਥੇ ਜਿਹੜਾ ਨੇ ਪੰਜਾਬ ਬੈਠੇ ਸੋਚੀ ਜਾਂਦੇ ਐ ਸਪੈਸ਼ਲੀ ਇਹਨਾਂ ਨੇ ਬ੍ਰੈਂਪਟਨ ਆਉਣਾ। ਉਹਨਾਂ ਨੂੰ ਤਾਂ ਜ਼ਰੂਰ ਕੋਈ ਪਤਾ ਲੱ ਸੋ ਬਾਕੀ ਇਹ ਹੈਗੇ ਆਪਾਂ ਨੂੰ ਕੈਮਰੇ ਮੂਰੇ ਨਾ ਬੋਲਣ ਦਾ ਹਿਸਾਬ ਰਹਿਣੀਗਾ ਸੋ ਕੋਈ ਗਲਤੀ ਹੋਏ ਸਾਰੇ ਜਣੇ ਮਾਫ ਕਰ ਦਿਓ ਚਾਹ ਆਪਾਂ ਬਨਾਲੀ ਸੀ ਨਾਲ ਨਾਲ ਚਾਹ ਪੀ ਲਾਂਗੇ ਇਕ ਤਾਂ ਬਹੁਤ ਟਾਈਮ ਹੋ ਗਿਆ ਵੀਡੀਓ ਆਈ ਨੂੰ ਲਾਸਟ ਵੀਡੀਓ ਮੇਰੇ ਹਿਸਾਬ ਨਾਲ ਨਗਰ ਕੀਰਤਨ ਹੋਣਾ ਮਾਲਟਨ ਦਾ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਆਈ ਤੋ ਉਦਾਂ ਵੀ ਸਾਰੇ ਜਣੇ ਕਹਿ ਰਹੇ ਸੀ ਬਾਈ ਕੋਈ ਵੀਡੀਓ ਨਹੀਂ ਆ ਰਹੀ ਸੋ ਤੁਹਾਨੂੰ ਦੱਸ ਦਿਆਂ ਸਾਰਾ ਵੀ ਕਿੰਨਾ ਕੁ ਟਾਈਮ ਮੈਨੇਜਮੈਂਟ ਕੀ ਹਾਲਾਤ ਨੇ ਇੱਧਰ ਦੇ ਤੇ ਅੱਜ ਦੀ ਵੀਡੀਓ ਆਪਣੀ ਸਪੈਸ਼ਲੀ ਹੈਗੀ ਆ ਜੋਬਸ ਤੇ ਵੀ ਕਿੰਨੀਆਂ ਕੁ ਜੋਬਸ ਹੈਗੀਆਂ ਨੇ ਬ੍ਰੈਂਟਨ ਦੇ ਕਿੰਨੇ ਕੁ ਹਾਲਾਤ ਨੇ ਕੀ ਹਾਲਾਤ ਨੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵਿਦਾਊਟ ਵੇਸਟਿੰਗ ਟਾਈਮ ಲೆਟਸ ਸਟਾਰਟ టు ਦਿਸ ਵੀਡੀਓ ਸੋ ਅੱਜ ਕੋਈ ਇੰਟਰੋ ਨਹੀਂ ਪਾਉਣੀ ਆਪਾਂ ਬਸ ਸਿੱਧਾ ਤੁਹਾਡੇ ਨਾਲ ਵੀਡੀਓ ਸ਼ੁਰੂ ਕਰਦੇ ਆਂ ਚਲੋ ਬਾਕੀ ਜੋ ਵੀ ਮੈਂ ਕੁਝ ਬੋਲਾਂ ਇੰਨਾ ਵੀ ਐਕਸਪੀਰੀਅੰਸ ਹੈ ਨਹੀਂਗਾ ਬਾਕੀ ਜਿਵੇਂ ਜਿਵੇਂ ਸਿੱਖ ਰਹੇ ਹਾਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਸੋ ਸਾਰੇ ਜਿਹੜੇ ਜਿੰਨੇ ਵੀ ਵੀਡੀਓ ਦੇਖ ਰਹੇ ਆ ਸਾਰੇ ਜਣੇ ਸਪੋਰਟ ਕਰਿਓ ਸੋ ਵੀਅਰਸ ਨੂੰ ਤਾਂ ਇੱਕ ਹੀ ਰਿਕੁਐਸਟ ਹੈ ਕਿ ਜੇ 10 ਵੀ ਤੁਸੀਂ 10 ਵੀਅਰਸ ਵਿੱਚੋਂ ਦੋ ਜਣੇ ਵੀ ਸਬਸਕ੍ਰਾਈਬ ਕਰ ਲੈਣ ਤਾਂ ਵੀ ਬਹੁਤ ਸਪੋਰਟ ਹੋ ਜਾਂਦੀ ਆ ਕਿਉਂਕਿ ਹੁਣ ਚੈਨਲ ਹੈਗਾ ਪੀਕ ਤੇ ਤੇ ਹੁਣ ਜੇ ਗਰੋਥ ਹੋ ਗਈ ਚੈਨਲ ਦੀ ਤਾਂ ਵਧੀਆ ਮੈਨੂੰ ਲੱਗ ਰਿਹਾ ਵਾ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਮੈਂ ਆ ਗਿਆ ਸੀਗਾ ਇੱਥੇ ਬ੍ਰੈਂਟਨ 19 April ਨੂੰ ਕੈਨੇਡਾ ਵਿੱਚ ਆ ਗਿਆ ਸੀਗਾ ਮੇਰਾ ਜਿਹੜਾ ਇਨਟੇਕ ਸੀਗਾ ਉਹ ਸੀਗਾ ਮੇ ਇਨਟੇਕ 19 April ਨੂੰ ਮੈਂ ਆਇਆ ਤੇ ਕਲਾਸਿਸ ਮੇਰੀਆਂ 8 May ਤੋਂ ਸ਼ੁਰੂ ਹੋਣੀਆਂ ਸੀਗੀਆਂ ਸੋ ਜਿੰਨੇ ਵੀ ਪੰਜਾਬ ਵਿੱਚ ਜ਼ਿਆਦਾਤਰ ਵਿਊਅਰਸ ਮੈਨੂੰ ਲੱਗਦਾ ਵੀ ਪੰਜਾਬ ਵਿੱਚ ਬੈਠੇ ਵੀਡੀਓ ਦੇਖਣਗੇ ਜੋ ਜਿੰਨੇ ਵੀ ਪੰਜਾਬ ਵਿੱਚ ਬੈਠੇ ਵੀਡੀਓ ਦੇਖ ਰਹੇ ਆ ਸੋ ਤੁਸੀਂ 20 21 ਦਿਨ ਪਹਿਲਾਂ ਆ ਸਕਦੇ ਆ ਬਹੁਤ ਸਾਰੇ ਕਮੈਂਟ ਹੁਣ ਵੀ ਆਉਂਦੇ ਹੁੰਦੇ ਨੇ ਵੀਡੀਓ ਤੇ ਬਾਈ ਕਿੰਨੇ ਦਿਨ ਪਹਿਲਾਂ ਆ ਸਕਦੇ ਆ ਜਾਂ ਕੀ ਕੁਐਸਚਨ ਪੁੱਛਦੇ ਆ ਸੋ ਤੁਹਾਨੂੰ ਲਿੰਕ ਪਾ ਦੂੰਗਾ ਆਈ ਬਟਨ ਤੇ ਉਹ ਇੰਡੀਆ ਟੂ ਕੈਨੇਡਾ ਦਾ ਵਲੌਗ ਆ ਉਹਦੇ ਵਿੱਚ ਵੀ ਤੁਹਾਡੇ ਇੱਕ ਵਾਰੀ ਸੜੀਆਂ ਕਲੀਅਰ ਹੋ ਜਾਣੀਆਂ ਸੋ ਅੱਜ ਦੀ ਜਿਦਾ ਤੁਸੀਂ ਟਾਈਟਲ ਤੇ ਥੰਬਨੇਲ ਦੇਖ ਹੀ ਲਏ ਅੱਜ ਦੀ ਵੀਡੀਓ ਸਪੈਸ਼ਲੀ ਇਸੇ ਗੱਲ ਤੇ ਹੋਊਗੀ ਵੀ ਅਨਪਲੋਇਮੈਂਟ ਜਿਹੜੀ ਬ੍ਰੈਮਟਨ ਦੇ ਵਿੱਚ ਕੰਮ ਕਰ ਇੱਥੇ ਵੀ ਬੁਰਾ ਹਾਲ ਆ ਤੇ ਮੇਰ ਨੂੰ ਕੰਮ ਮਿਲਿਆ ਜਾਂ ਨਹੀਂ ਮਿਲਿਆ ਕਿੱਦਾਂ ਲਾਈਫ ਚੱ ਸੋ ਸਾਰਾ ਕੋਈ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋ ਸਕਦਾ ਇਹ ਵੀਡੀਓ ਥੋੜੀ ਜਿਹੀ ਲੰਮੀ ਹੋ ਜੇ ਪਰ ਅੱਗੇ ਵੀ ਆਪਾਂ ਵੀਡੀਓ ਹੋਣਾ ਜਿਹੜੀਆਂ ਲੈ ਕੇ ਆਵਾਂਗੇ ਰਿਲੇਟਡ ਜਿਨ੍ਹਾਂ ਤੋਂ ਤੁਹਾਨੂੰ ਕੋਈ ਜਾਣਕਾਰੀ ਮਿਲੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੇਰਾ 19 ਅਪ੍ਰੈਲ ਨੂੰ ਮੈਂ ਆ ਗਿਆ ਸੀ ਬ੍ਰੈਮਟਨ ਦੇ ਵਿੱਚ ਸੋ ਬ੍ਰੈਮਟਨ ਦੀ ਐਕਸਪੀਰੀਅੰਸ ਬਾਰੇ ਗੱਲ ਕਰਦੇ ਆ ਕਿ ਕਿੱਦਾਂ ਦਾ ਰਿਹਾ ਤੇ ਕੀ ਇੱਥੇ ਜੌਬ ਆਪਰਚੂਨਿਟੀਆਂ ਨੇ ਜਾਂ ਜਦੋਂ ਆਉਂਦੇ ਆ ਤੁਸੀਂ ਪਹਿਲਾਂ ਤਾਂ ਆਪਾਂ ਨੂੰ ਬਹੁਤ ਚਾਹ ਹੁੰਦਾ ਹਨਾ ਵੀ ਕੈਨੇਡਾ ਦਾ ਤੇ ਹੁਣ ਅੱਜ ਵੀ ਮੈਂ ਵੀ ਇੱਥੇ ਤੁਹਾਡੇ ਸਾਹਮਣੇ ਵੀਡੀਓ ਬਣਾ ਰਿਹਾ ਵਾਂ ਤੇ ਸਾਰਾ ਕੋ ਤੁਹਾਨੂੰ ਅੱਜ ਦੱਸ ਹੀ ਦੇਣਾ ਵਾ ਜਿਵੇਂ ਮੈਂ ਆ ਗਿਆ ਸੀਗਾ 19 April ਨੂੰ ਤਾਂ ਮੇਰੇ ਕੋਲ ਤਾਂ ਟਾਈਮ ਸੀਗਾ 15 20 ਦਿਨ ਪਹਿਲੀ ਗੱਲ ਤਾਂ ਜੌਬ ਲੱਭਣ ਲਈ ਤੇ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਵਾਂ ਮੀਨਸ ਮੇਰੇ ਚਾਚੇ ਦਾ ਮੁੰਡਾ ਇੱਥੇ ਮੇਰੇ ਕੋਲ ਆ ਤੇ ਮੇਰੇ ਮਾਮੇ ਦਾ ਮੁੰਡਾ ਕੋਲ ਆ ਮੀਨਸ ਸਾਡੇ ਚਲੋ ਰਿਸ਼ਤੇਦਾਰੀਆਂ ਜੀ ਹੈਗੇ ਆ ਇੱਥੇ ਤੇ ਬਾਕੀ ਜਿਹੜਾ ਬੰਦੇ ਕੋਲੇ ਹੈ ਨਹੀਂਗਾ ਕੋਈ ਜਾਂ ਰਿਲੇਟਿਵ ਹੈ ਨਹੀਂਗਾ ਜਾਂ ਕੋਈ ਕਿਸੇ ਕੋਲ ਮਹੀਨਾ ਕਰਾਇਆ ਰਿਹਾ ਵਾ ਉਹਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵਾ ਸੋ ਇਹਨਾਂ ਕੋਲ ਤਾਂ ਚਲੋ ਇੱਕ ਗੱਡੀਆਂ ਵਗੈਰਾ ਵੀ ਹੈਗੀਆਂ ਨੇ ਅੱਜ ਮੈਂ ਚਲੋ ਆ ਇਹਨਾਂ ਦੇ ਗੱਡੀ 'ਚ ਬੈਠ ਕੇ ਮੈਂ ਵੀਡੀਓ ਬਣਾ ਰਿਹਾ ਹਾਂ ਕਿਉਂਕਿ ਅੰਦਰ ਉਹਨਾਂ ਖੁੱਲ ਕੇ ਨਹੀਂ ਬੋਲਿਆ ਜਾਂਦਾ ਤੇ ਇੱਥੇ ਚਲੋ ਅੱਜ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰ ਦੇਣਾ ਆਪਾਂ ਵੀ ਕਿੱਦਾਂ ਇੰਸਟਾਗ੍ਰam ਤੇ ਆਪਣਾ ਲਾਈਫ ਸਟਾਈਲ ਆ ਤੇ ਕਿੱਦਾਂ ਰੀਅਲ 'ਚ ਆ ਕਿੱਦਾਂ ਰੀਅਲ ਵਿੱਚ ਹੁੰਦਾ ਵਾ ਗਰਾਊਂਡ ਰਿਐਲਿਟੀ ਅੱਜ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦਾ ਵੀ ਮੈਂ ਆ ਗਿਆ ਹਾਂ ਜੌਬ ਲੱਭਣੀ ਮੈਂ ਸ਼ੁਰੂ ਕਰਤੀ ਕਿਉਂਕਿ ਮੈਨੂੰ ਇਹ ਵੀ ਕਹਿ ਰਹੇ ਸੀ ਵੀ ਜੌਬ ਲੱਭ ਲਾ ਤੂੰ ਵੀ ਚਲ ਜੇ ਪਹਿਲਾਂ ਆ ਗਿਆ ਵਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਇੰਨਾ ਟਾਈਮ ਹੋ ਗਿਆ ਵੀ ਚਲੋ ਮੜਾ ਦੱਸ ਸੋ ਦੋ ਮੁੰਡੇ ਤਾਂ ਅਸੀਂ ਇੱਥੇ ਰਹਿ ਰਹੇ ਆ ਪੰਜ ਜਣੇ ਦੋ ਮੁੰਡੇ ਤਾਂ ਬੈਲ ਕੰਪਨੀ ਦੇ ਵਿੱਚ ਲੱਗੇ ਹੋਏ ਆ ਨਾਲ ਦੇਆਂ ਚੋ ਸੋ ਜੇ ਦਾ ਕੋਈ ਵੇਅਰ ਹਾਊਸ ਚ ਲੱਗਾ ਹੋਵੇ ਜਾਂ ਫੈਕਟਰੀ ਚ ਲੱਗਾ ਹੋਵੇ ਉਹਦਾ ਤੁਹਾਡੀ ਫੇਰ ਵੀ ਉੱਥੇ ਸ਼ਪਾਰ ਸ਼ਪਾ ਸਕਦਾ ਵਾ ਬਟ ਫੇਰ ਵੀ ਚੱਲਾ ਸਭ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਇਹੀ ਦੱਸਿਆ ਵੀ ਇੰਡੀਡ ਤੇ ਅਪਲਾਈ ਕਰਾ ਸੋ ਜਿੱਦਾਂ ਵੀ ਤੁਸੀਂ ਇੱਥੇ ਆਉਂਨੇ ਆ ਸਾਰਿਆਂ ਨੂੰ ਪਤਾ ਸਾਰਿਆਂ ਨੇ ਇੰਡੀਡ ਤੇ ਅਪਲਾਈ ਕਰਨ ਬੈਠ ਜਾਣਾ ਵਾ ਸੋ ਵੀ ਕਰਕੇ ਦੇਖ ਲਓ ਆ ਦਾ ਰੈਜ਼ਿਊਮੇ ਇੰਡੀਆ ਤੋਂ ਬਣਾਉਣਾ ਇੰਡੀਆ ਤੋਂ ਬਣਵਾ ਲਿਓ YouTube ਤੇ ਕੋਈ ਵੀਡੀਓ ਦੇਖ ਲਿਓ ਉੱਥੋਂ ਟੈਂਪਲੇਟ ਚੱਕ ਲਿਓ YouTube ਤੋਂ ਵਰ इंडियन एक्सपीरियंस जे ਪਾਉਣਾ ਹੋਇਆ ਤਾਂ ਪਾ ਦਿਓ ਵਲੰਟੀਅਰ ਦਾ ਪਾ ਦਿਓ ਪਰ इंडियन एक्सपीरियंस ਯਾਰ ਇਹਨਾਂ ਨੂੰ ਵੀ ਪਤਾ ਹੀ ਹੁੰਦਾ ਵੀ ਫੇਕ ਪਾਇਆ ਹੋਇਆ ਵਾ ਕਿਉਂਕਿ ਐਕਸਪੀਰੀਅੰਸ ਤਾਂ ਬਣਾਇਆ ਇੱਥੇ ਜੌਬ ਨਹੀਂ ਮਿਲਦੀ ਤੇ ਪਤਾ ਇਹਨਾਂ ਨੂੰ ਵੀ ਹੁੰਦਾ ਹੀ ਵੀ ਇੰਡੀਆ 'ਚ ਕਿਹੜਾ ਇਹਨਾਂ ਦਾ ਫੇਕ ਐਕਸਪੀਰੀਅੰਸ ਪਾਇਆ ਹੋਇਆ ਫੇਰ ਵੀ ਚਲੋ ਪਾਉਣਾ ਹੋਇਆ ਪਾ ਦਿਓ ਸੋ ਮੈਂ ਵੀ ਇੱਕ ਰਿਜ਼ਿਊਮੇ ਬਣਾ ਲਿਆ ਬਸ ਤੇ ਚਲੋ ਨੀਡ ਤੇ ਅਪਲਾਈ ਕੀਤਾ ਨੀਡ ਤੇ ਘੱਟੋ ਘੱਟ 25 ਤੋਂ ਜ਼ਿਆਦਾ ਮੇਰੇ ਹਿਸਾਬ ਨਾਲ 50 ਜੌਬਸ 'ਤੇ ਅਪਲਾਈ ਕਰਤੀਆਂ ਹੋਣਗੀਆਂ ਨੀਡ ਤੇ ਤੇ ਪਰ ਤੁਸੀਂ ਵੀ ਕਮੈਂਟਾਂ ਜਰੂਰ ਦੱਸਿਓ ਜੇ ਦੇਖ ਰਹੇ ਹੋ ਇੱਥੇ ਬ੍ਰੈਮਟਨ ਦੇ ਜਿਹੜੇ ਆ ਜਾਂ ਹੋਰ ਕੈਨੇਡਾ ਦੇ ਨੇ ਉਹ ਦੇਖ ਰਹੇ ਤਾਂ ਦੱਸਿਓ ਤੇ ਪਰ ਕੋਈ ਰਿਪਲਾਈ ਨਹੀਂ ਆਇਆ ਐਂਡੀਡ ਵਾਲਿਆਂ ਦਾ ਸੋ ਕਰੀਗੇ ਕਰੀਗੇ 10 15 ਦਿਨ ਲੰਘ ਗਏ ਚਲਵਾਏ ਆਏ ਸੀਗੇ ਹਨਾ ਹਲੇ ਤਾਂ ਜਦੋਂ ਉਨੇ ਉੱਤਰਦੇ ਹਾਂ ਤਾਂ ਛੜਕਾ ਹੀ ਦੇਖੀ ਜਾਇਦੀਆਂ ਪਹਿਲਾਂ ਦਾ ਵੀ ਵਾਹ ਵੀ ਵਾਹ ਕੀ ਆ ਬਾਤ ਆ ਫਿਰ ਹੌਲੀ ਹੌਲੀ ਪਤਾ ਲੱਗਦਾ ਵੀ ਹਨਾ ਦੋ ਤਿੰਨ ਦਿਨ ਤਾਂ ਪਹਿਲਾਂ ਨੀਂਦ ਹੀ ਨਹੀਂ ਉਤਰਦੀ ਬੰਦੇ ਦੀ ਚਾਹ ਹੀ ਬਹੁਤ ਹੁੰਦਾ ਪਹਿਲਾਂ ਪਹਿਲਾਂ ਤਾਂ ਤੇ ਚਲੋ ਜੋਬ ਜੂਬ ਅਪਲਾਈ ਕਰੀਗੇ ਨਹੀਂ ਲੱਭੀ ਹਣਾ ਫਿਰ ਮੈਂ ਕੋਈ ਨਹੀਂ ਹਲੇ ਕੀ ਆ ਤੇ ਮੇਰਾ ਜਿਹੜਾ ਬ੍ਰਦਰ ਸੀਗਾ ਇੱਥੋਂ ਆਇਆ ਹੋਇਆ ਕੈਨੇਡਾ ਤੋਂ ਚਾਚੇ ਦਾ ਮੁੰਡਾ ਜੋ ਉਹ ਇੱਥੇ ਜੋਬ ਕਰ ਰਿਹਾ ਸੀਗਾ ਈਸੋ ਗੈਸ ਸਟੇਸ਼ਨ ਤੇ ਗੈਸ ਸਟੇਸ਼ਨ ਇੱਥੇ ਉਹ ਜੋਬ ਕਰ ਰਿਹਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਵੀ ਤੈਨੂੰ ਕਦਾਂ ਮਿਲੀ ਸੀ ਉਹ ਕਹਿੰਦਾ ਮੈਂ ਵੀ ਇਦਾਂ ਡੀਡ ਤੇ ਅਪਲਾਈ ਕੀਤਾ ਸੀ ਉਹਨੂੰ ਆਏ ਨੂੰ ਹੋ ਗਿਆ ਸਾਲਕ ਸੋ ਉਦੋਂ ਜੋਬ ਓਪਰਚ्युनिटी ਸੀਗੀਆਂ ਕੋਵਿਡ ਤੋਂ ਬਾਅਦ ਤਾਂ ਕੇਰਾਂ ਤਾਂ ਹੁਣ ਜਿਵੇਂ ਹੀ ਕੰਮ ਖਰਾਬ ਹੋ ਗਿਆ ਕਿਉਂਕਿ ਬਿਜ਼ਨਸ ਬੰਦ ਹੋ ਗਏ ਸੋ ਕੰਮ ਇੱਥੇ ਜਮਾ ਹੁਣ ਛਾੜਾ ਨਾ ਹੁਣ ਸੀਗਾ ਵੀ ਸਮਰ ਦੇ ਵਿੱਚ ਕੰਮ ਖੁੱਲੂਗਾ ਤੇ ਹੁਣ ਤੁਹਾਨੂੰ ਦੱਸਾਂਗੇ ਹਾਲਾਤ ਅੱਜ ਦੀ ਵੀਡੀਓ ਵਿੱਚ ਵੀ ਕਿੰਨੇ ਬੁਰੇ ਹਾਲਾਤ ਹੋਏ ਪਏ ਆ ਬ੍ਰੈਮਟਨ ਦੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੀ ਸਟਰਗਲ ਦੱਸਦਾ ਵੀ ਜੌਬ ਲਈ ਮੈਂ ਕੀ ਕੁਝ ਟੱਕਰਾਂ ਮਾਰ ਹਟਿਆ ਵਾਂ ਬਣਾਉਣ ਨੂੰ ਮੈਂ ਵੀਡੀਓ ਵੀ ਬਣਾ ਲੈਂਦਾ ਪਰ ਨਾਲ ਮੋਬਾਈਲ ਚੱਕੀ ਫਿਰਦਾ ਰਹਿੰਦਾ ਸੋ ਐਵੇਂ ਖੱਜਲ ਹੋਣਾ ਹੈਗਾ ਊਬਰ ਆਬਰ ਦਾ ਤੁਹਾਨੂੰ A to Z ਸਾਰੀ ਜਾਣਕਾਰੀ ਅੱਜ ਦੇ ਦਾਂਗੇ ਜਿੰਨੀ ਜੌਬ ਦੇ ਰਿਲੇਟਡ ਤਾਂ ਤੁਸੀਂ ਆਹ ਵੀਡੀਓ ਦੇਖ ਕੇ ਇੰਨਾ ਕੁ ਤੁਹਾਨੂੰ ਪਤਾ ਲੱਗ ਜੂ ਵੀ ਬ੍ਰੈਮਟਨ ਆਈਏ ਜਾਂ ਨਾ ਆਈਏ ਬੋਰ ਤੰਗ ਹੋ ਕੇ ਵੀਡੀਓ ਬਣਾ ਰਿਹਾ ਆਂ ਵੀਡੀਓ ਬਣਾਉਣੀ ਨਹੀਂ ਸੀ ਇਦਾਂ ਮੈਂ ਬੋਲਦਾ ਨਹੀਂ ਹੁੰਦਾਗਾ ਚਲ ਜਿਹੜੇ ਨਾਲ ਦੇ ਆ ਉਹਨਾਂ ਨੂੰ ਤਾਂ ਪਤਾ ਪਰ ਹੁਣ ਇਦਾਂ ਬੋਲਿਆ ਕਰਨਾ ਆਪਾਂ ਸ਼ੇਅਰ ਕਰਿਆ ਕਰਾਂਗੇ ਐਕਸਪੀਰੀਅੰਸ ਥੋੜਾ ਜਿਆ ਸੀਰੀਅਸ ਹੋ ਕੇ ਵੀਡੀਓ ਨੂੰ ਦੇਖ ਲਓ ਜਿਨ੍ਹਾਂ ਨੇ ਹੱਸਣਾ ਹੱਸੀ ਆਇਓ ਨਾਲ ਦੇ ਤਾਂ ਚਲੋ ਹੱਸਣਗੇ ਪਰ ਅੱਜ ਆਪਾਂ ਸਾਰਾ ਕੁਝ ਕਲੀਅਰ ਕਰ ਦੇਣਾ ਤੇ ਸਭ ਤੋਂ ਪਹਿਲਾਂ ਚਲੋ ਆ ਗਏ ਰਿਜ਼ੂਮੇ ਰਿਜ਼ੂਮੇ ਇੰਡੀਡ ਤੇ ਕੀਤਾ ਥੱਕ ਗਏ ਅਪਲਾਈ ਕਰਕੇ ਤੇ ਆ ਵੀਡੀਓ ਬਣਾਉਣ ਵੀ ਮੈਂ ਲੱਗਾ ਤੁਹਾਨੂੰ ਦੱਸਦਾ ਕੱਲ ਦੀ ਗੱਲ ਮੈਂ ਬੈਠਾ ਉਦਾਂ ਹੀ ਸੋਚ ਰਿਹਾ ਸੀ ਵੀ ਕੰਮ-ਕੁਮ ਤਾਂ ਉਦਾਂ ਵੀ ਹੈ ਨਹੀਂ ਕੋਈ ਚੱਲਦਾਗਾ ਤੇ ਚੱਲ YouTube ਵਾਲੇ ਪਾਸੇ ਕੁਛ ਕਰੀਏ ਤੇ ਕੱਲ ਰਾਤ 12:00 ਵਜੇ ਤੱਕ 12:00 ਦਾ ਵਾਜੀ ਜਾਂਦੇ ਇੱਥੇ ਪੈਂਦਿਆਂ ਨੂੰ ਤੇ 12:00 ਵਜੇ ਮੈਂ ਪਿਆ ਤੇ ਉਸ ਤੋਂ ਬਾਅਦ ਨੀਂਦ ਹੀ ਨਹੀਂ ਆ ਰਹੀ ਸੀ ਉਹੀ ਬਸ ਸੋਚਣ ਲੱਗਾ ਜਿਹੜਾ ਬੰਦਾ ਸੋਚਣ ਲੱਗ ਜੇ ਨਾ ਫਿਰ ਨੀਂਦ ਨਹੀਂ ਆਉਂਦੀ ਜਿਹੜੇ ਸੋਚਦੇ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਜੇ ਨਹੀਂ ਇੱਕ ਤਾਂ ਮੈਂ ਕਾਲਜ ਤੋਂ ਆਇਆ ਸੀਗਾ ਤੇ ਕਾਲਜ ਤੋਂ ਅਨਸਾਰ ਸਵੇਰ ਜਲਦੀ ਉੱਠਿਆ ਸੀਗਾ 8:00 ਵਜੇ ਕਲਾਸ ਤੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸਦਾ ਮੈਂ ਹੰਬਰ ਕਾਲਜ ਵਿੱਚ ਪੜ੍ਹਦਾ ਵਾਂ ਸੋ ਹੰਬਰ ਵਾਲਿਆਂ ਦੇ ਤਾਂ ਬਸ ਹੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿਸੇ ਵੀਡੀਓ ਚ ਜਾਂ ਆਉਣਾ ਜਾਂ ਹੰਬਰ ਚੂਜ਼ ਕਰਿਓ ਜਾਂ ਨਾ ਕਰਿਓ ਅਸੀਂ ਤਾਂ ਹੁਣ ਲੈ ਲਿਆ ਬਾਕੀ ਅਲੱਗ ਦਾ ਹਰ ਇੱਕ ਬੰਦੇ ਦਾ ਮਾਈਂਡ ਲੈਵਲ ਅਲੱਗ ਹੁੰਦਾ ਕੋਈ ਕਿੰਨਾ ਕੋਈ ਇਹ ਨਹੀਂ ਕਹਿੰਦਾ ਵੀ ਜਾ ਮੈਂ ਹੁਸ਼ਿਆਰ ਆ ਜਾਂ ਨਲਾਇਕ ਆ ਕੁਝ ਵੀ ਜਾਂ ਬਸ ਹਰ ਇੱਕ ਦਾ ਕੋਈ ਲੈਵਲ ਅਲੱਗ ਹੁੰਦਾ ਦਿਮਾਗ ਦਾ ਕੋਈ ਕਿੱਥੋਂ ਦਾ ਕਰ ਸਕਦਾ ਪਰ ਹੰਬਰ ਵਾਲਿਆਂ ਨੇ ਤਾਂ ਹੱਥ ਜੁੜੇ ਪਏ ਆ ਮੈਨੂੰ ਸਾਰਿਆਂ ਦਾ ਤੂੰ ਹੰਬਰ ਵਾਲੇ ਦੇ ਮੂੰਹ ਤੇ ਕਿਸੇ ਦੇ ਹਾਸਾ ਨਹੀਂ ਦੇਖ ਸਕਦੇ ਤੇ ਹਮੇ ਕਾਲਜ ਚ ਆਇਆ ਸੀ ਚਲੋ ਸ਼ਾਮ ਨੂੰ ਸੌਂ ਗਿਆ ਤੇ ਨੀਂਦ ਬਾਅਦ ਚ ਲੇਟ ਹੀ ਹੋਣੀ ਸੀ ਚਲ 12:00 ਵਜੇ ਗਏ ਉਸ ਤੋਂ ਬਾਅਦ 2:00 ਵਜੇ ਤੱਕ ਮੈਂ ਫੋਨ ਵੀ ਨਹੀਂ ਚਲਾਇਆ ਉਦਾਂ ਹੀ ਪਿਆ ਬਸ ਸੋਚੀ ਜਾਵਾਂ ਵੀ ਯਾਰ ਵੀਡੀਓ ਵਾਡੀਓ ਬਣਾਈਏ ਆ ਦਾ ਐਕਸਪੀਰੀਅੰਸ ਸ਼ੇਅਰ ਕਰੀਏ ਵੀ ਲੋਕ ਉੱਥੇ ਬੈਠੇ ਹਨਾ ਕੀ ਕੋ ਸੋਚੀ ਜਾਂਦੇ ਆ ਕਿਆ ਵੀ ਪੀ ਲਈ ਉਦਾਂ ਹੀ ਸੋਚਿਆ ਵੀ ਚਲੋ ਵੀਡੀਓ ਆਪਾਂ ਬਣਾਈਏ ਇੱਕ ਸੋ 7 ਮਿੰਟ ਦੀ ਵੀਡੀਓ ਤਾਂ ਆਲਰੇਡੀ ਬਣ ਚੁੱਕੀ ਹੈ ਉਹਦੇ ਕੋਈ ਕਹਣਾ ਕੋਈ ਦੱਸਦਾ ਹੈ ਨਹੀਂਗਾ ਸ਼ੁਰੂ ਕਰਦੇ ਆ ਇੰਡੀਡ ਤੇ ਕੁਝ ਨਹੀਂ ਲੱਭਿਆ ਉਸ ਤੋਂ ਬਾਅਦ ਚਲੋ ਸਾਡਾ ਇੱਥੇ ਸਾਈਕਲ ਪਿਆ ਸੀਗਾ ਸਾ ਤੇ ਉਹ ਸੀਗਾ ਮਕਾਨ ਮਾਲਕ ਦਾ ਸਾਈਕਲ ਉਹਦੇ ਪੈਡਲ ਹੈ ਨਹੀਂ ਸੀ ਅਸੀਂ Amazon ਤੋਂ ਚੱਲ 9.10 ਡਾਲਰਾਂ ਦੇ ਪੈਡਲ ਵੀ ਲਿਆ ਕੇ ਪਾਤੇ ਸ਼ੁਰੂ-ਸ਼ੁਰੂ 'ਚ ਤਾਂ ਬੰਦੇ ਨੇ 2 ਡਾਲਰ ਖਰਚ ਲੈਣ ਨੂੰ ਵੀ ਹੁੰਦਾ ਵੀ ਮੈਂ ਕਿਉਂ ਖਰਚ ਰਿਹਾ ਵਾਂ ਤੇ ਜੀਆਸੀ ਦੀ ਸਾਰੀ ਕਹਾਣੀ ਤੁਹਾਨੂੰ ਦੱਸਦੇ ਆ ਤੇ ਚਲੋ ਪੈਡਲ ਪਾ ਲਏ ਹਨ ਵੀ ਚੱਲ ਇੱਥੇ ਨੇੜੇ ਤੇੜੇ ਜਾ ਸਕਦੇ ਆ ਪਹਿਲਾਂ-ਪਹਿਲਾਂ ਤਾਂ ਸੜਕਾਂ ਨਹੀਂ ਯਾਰ ਹੁੰਦੀਆਂ ਮਹੀਨੇ 'ਚ ਮੈਨੂੰ ਸੜਕਾਂ ਦੀ ਯਾਦ ਹੋ ਗਈਆਂ ਮੁੰਡੇ ਹੈਗੇ ਨਾਲ ਗੱਡੀਆਂ ਤੇ ਚੱਲ ਲਈ ਫਿਰਦੇ ਆ ਜੇ ਕਿਤੇ ਹਨਾ ਜਾਣਾ ਹੋਵੇ ਕੱਲਾ ਬੰਦਾ ਆ ਗਿਆ ਉਹਨੇ ਕੱਲੇ ਬੰਦੇ ਨੇ ਬਸ ਤੇ ਜਾ ਕੇ ਪਹਿਲਾਂ ਧੱਕੇ ਖਾ ਕੇ ਸਨ ਕਾਰਡ ਆਪਦਾ ਬਣਾ ਕੇ ਲਿਆਊਗਾ ਸਭ ਤੋਂ ਪਹਿਲਾਂ ਸਨ ਬਣਾਉਣਾ ਵਾ ਪ੍ਰੈਸਟੋ ਬਣਾਉਣਾ ਆਪਦਾ ਪ੍ਰੈਸਟੋ ਪਹਿਲਾਂ ਬਣਾ ਲਿਓ ਜਿਹੜੇ ਬੈਠੇ ਆ ਵੀਡੀਓ ਦੇਖ ਰਹੇ ਆ ਸ਼ਾਪਰਸ ਡਰੱਗ ਮਾਰਟ ਇੱਥੇ ਕਿਤੇ ਵੀ ਜਾ ਕੇ ਉਹਨਾਂ ਨੂੰ ਕਹਿ ਦਿਓ ਉੱਥੇ ਆਪਦਾ ਪਾਸਪੋਰਟ ਲੈ ਜਿਓ ਆਈਡੈਂਟੀਟੀ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਤੇ ਪ੍ਰੈਸਟੋ ਬਣਾ ਲਿਓ ਜੇ 18 ਉਨੀਆਂ ਹਾਲ ਤੋਂ ਥੱਲੇ ਤਾਂ ਉਹਨਾਂ ਨੂੰ ਕਹਿ ਦਿਓ ਯੰਗ ਵਾਲਾ ਬਣਾਉਣਾ ਵਾ ਤਾਂ ਉਹ ਬਣਾ ਦੇਣਗੇ ਥੋੜਾ ਜਿਹਾ ਚਾਰਜਿਸ ਘੱਟ ਲੱਗਦੇ ਆ ਤੇ ਪ੍ਰੈਸਟੋ ਬਣਾ ਲਿਓ ਉਸ ਤੋਂ ਬਾਅਦ ਬਥੇਰੀਆਂ ਵੀਡੀਓ YouTube ਤੇ ਪੰਜੀਆਂ ਹੋਣੀਆਂ ਵਾ ਤੇ ਇੱਥੇ ਤਾਂ ਚਲੋ ਹਣ ਜੇ ਤਾਂ ਇਹੀ ਤਾਂ ਫਾਇਦਾ ਵੀ ਜੇ ਤੁਹਾਡੇ ਕੋਲ ਹੈਗੇ ਆ ਨਾਲ ਮੁੰਡੇ ਹੈਗੇ ਆ ਤੁਹਾਨੂੰ ਲੈ ਜਾਣਗੇ ਸਾਰਾ ਕੁਝ ਦੱਸ ਦੇਣਗੇ ਪ੍ਰੈਸਟੋ ਪ੍ਰੈਸਟੋ ਇਹਨਾਂ ਨੇ ਮੇਰਾ ਬਣਾ ਲਿਆ ਜੇ ਤੁਸੀਂ ਆਏ ਆ ਕੱਲੇ ਪਹਿਲੀ ਗੱਲ ਤੁਸੀਂ ਉੱਥੇ ਬੈਠਿਆ ਨੇ ਕੋਈ ਰੈਂਟ ਬੇਸਮੈਂਟ ਦਾ ਇੱਥੇ ਪ੍ਰਬੰਧ ਕੀਤਾ ਹੋਊਗਾ ਚਲੋ ਜੇ ਤੁਸੀਂ ਕੱਲੇ ਆਏ ਆ ਤੇ ਆਪ ਦਾ ਪ੍ਰੈਸਟੋ ਬਣਾਇਆ ਫਿਰ ਸਿੰਨ ਕਾਰਡ ਕੀਤਾ ਉਹ ਵੀ ਬਸ ਤੇ ੱੱਕੇ ਦਿਨ ਖਰਾਬ ਹੀ ਆ ਤੁਹਾਨੂੰ ਮੈਂ ਦੱਸਦਾ ਸਿੰਨ ਤੇ ਮੈਂ ਜਾ ਕੇ ਲੱਗ ਗਈ ਸਵੇਰ 6 ਵਜੇ ਤੇ ਪਿਛਲੇ ਆਪਾਂ ਇੱਕ ਵੀਡੀਓ ਵੀ ਦੇਖੀ ਸੀ ਉਹਨਾਂ ਵੀ ਸੈਨ ਚ ਲਾਈਨ ਲੱਗੇ ਮੁੰਡੇ ਦੀ ਡੈਥ ਹੋ ਗਈ ਸੀ ਠੰਡ ਨਾਲ ਤੇ ਮੈਂ ਜਦੋਂ ਆਇਆ ਉਹ ਤਾਂ ਠੰਡ ਨਿਕਲ ਚੁੱਕੀ ਸੀ ਫੇਰ ਵੀ ਚਲੋ ਜੈਕਟ ਪਾਈ ਹੋਈ ਸੀ ਤੇ ਠੰਡ ਬਹੁਤ ਜ਼ਿਆਦਾ ਲੱਗ ਰਹੀ ਸੀ ਹਵਾ ਵਗ ਰਹੀ ਸੀ ਹਵਾ ਵਾਗੀ ਤਾਂ ਇੱਥੇ ਮੌਸਮ ਦਾ ਇੱਥੇ ਕੋਈ ਬਦਾਨੀ ਕੋਸ਼ਿਸ਼ ਕਰਦੇ ਆਂ ਵੀਡੀਓ ਲੰਮੀ ਨਾ ਹੋਵੇ ਪਰ ਵੀਡੀਓ ਲੰਬੀ ਹੋਊਗੀ ਤੇ ਹੌਲੀ ਬੋਲਣ ਦੀ ਮੈਂ ਕੋਸ਼ਿਸ਼ ਕਰਦਾ ਵੀ ਚਲੋ ਸਮਝ ਜਾਵੇ ਸਾਰਿਆਂ ਨੂੰ ਤੇ ਉੱਥੇ ਸੱਚੀ ਠੰਡ ਬਹੁਤ ਹੁੰਦੀ ਆ ਜੇ ਤੁਸੀਂ ਠੰਡ ਚ ਆ ਰਹੇ ਤਾਂ ਉਹਦਾ ਜੈਕਟਾਂ ਜੂਗਟਾਂ ਭਾਵੇਂ ਦੋ ਦੋ ਪਾ ਜਿਓ ਤੇ ਮੈਂ ਸਵੇਰ ਤੋਂ ਲੱਗਿਆ ਸੀਗਾ ਤੇ ਉਹ ਟੋਕਨ ਵੰਡ ਰਹੇ ਸੀ ਇੱਥੇ ਇੰਨੇ ਸਟੂਡੈਂਟ ਡੇਗੇ ਮਈ ਦੇ ਵਿੱਚ ਤੇ ਸਬਰ ਚ ਤਾਂ ਬੁਰਾ ਹਾਲ ਹੋਣਾ ਬ੍ਰੈਂਟਨ ਦਾ ਤੇ ਜੈਕਟਾਂ ਜੂਟਾ ਚਲੋ ਜੈਕਟ ਪਾਈ ਸੀ ਫਿਰ ਵੀ ਚਲੋ ਉਹਨੇ ਟੋਕਨ ਵੰਡੇ ਤੇ ਟੋਕਨ ਵੰਡੇ ਉਹਨਾਂ ਨੇ 125 ਤੇ ਮੇਰਾ ਟੋਕਨ ਸੀਗਾ 123 ਸੋ ਮੈਂ ਲੱਕੀ ਸੀਗਾ ਵੀ ਚਲੋ ਟੋਕਨ ਆ ਗਏ ਤੇ ਉਦੋਂ ਬਾਅਦ ਘਟੋ ਘੱਟ 100 150 ਜਵਾਕ ਖੜਾ ਸੀਗਾ ਸਿਰਫ ਸੋ ਵੀਡੀਓ ਆਪਾਂ ਨੂੰ ਰੋਕਣੀ ਪੈਣੀ ਆ ਬੰਦੇ ਨੇ ਆਪਣੀ ਗੱਡੀ ਕੱਢਣੀ ਆ ਸੋਏ ਸੀ ਕਿ ਟੈਸਲਾ ਕੋਈ ਨਹੀਂ ਇਹਦਾ ਵੀ ਕਿਸ ਨਾ ਰਿਵਿਊ ਪਾਵਾਂਗੇ ਅੱਜ ਸਾਡੇ ਕੋਲ ਚਾਰਜਰ ਖੜੀ ਆ ਐਂ ਬਈ ਮੁਫਕਰੀ ਵਾਲਾ ਦਾ ਕੰਮ ਹੈ ਨਹੀਂ ਗਾ ਆਪਾਂ ਗੱਡੀ ਫੇਰ ਉੱਥੇ ਹੀ ਲਾਉਨੇ ਆ ਯਾਰ ਇਹ ਹੈਗੀ ਸਾਡੀ ਆਲਟੀਮਾ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਜੀ ਸੋਵਰ ਕਿੱਥੇ ਸੀ ਆਪਾਂ ਹਾਂ ਡਿਡੈਂਡ ਨੂੰ ਉੜਤੇ ਤਾਂ ਲੱਭਾਣੀ ਉਸ ਤੋਂ ਬਾਅਦ ਸਾਈਕਲ ਦੇ ਹੀ ਪੈਡਲ ਪਾਲੇ ਸੀਗੇ ਤੋਂ ਇਹਨੂੰ ਮੰਡਿਆਣੇ ਚੱਲੋ ਸਾਰਾ ਕੁਝ ਬਣਾ ਕੇ ਦੇਤਾ ਹਨਾ ਨਾਲ ਜਾ ਕੇ ਬਣਾਤਾ ਨਹੀਂ ਤੁਹਾਨੂੰ ਬਸਾਂ ਤੇ ਜਾ ਕੇ ਸਾਰਾ ਕੁਝ ਹਾਪਮ ਕਰਨਾ ਪੈਣਾ ਦਿਨ ਖਰਾਬ ਹੋਣੇ ਆ ਸੋ ਤੁਸੀਂ 20 21 ਦਿਨ ਪਹਿਲਾਂ ਆਈਓ ਕੋਈ ਨਹੀਂ ਉੱਥੇ ਪੁੱਛਦਾ ਆ ਕੇ ਪਹਿਲਾਂ ਆ ਕੰਮ ਜ਼ਰੂਰ ਕਰ ਲਿਓ ਤੇ ਸੈਨ ਦੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਮੈਂ ਲੱਕੀ ਸੀਗਾ ਵੀ 123 ਟੋਕਨ ਮਿਲ ਗਿਆ ਸੀ ਮਦਰੋਂ 60 70 ਬੰਦੇ ਮੁੜੇ ਆ ਉਤੋਂ ਠੰਢ ਨਹੀਂ ਸੀ ਤੇ ਸਵੇਰ ਦੇ ਲੱਗੇ ਹੀ 6 ਵਜੇ ਦੇ ਸ਼ਾਮ ਦੇ ਸ਼ਾਮ ਦੇ 4 ਵਜੇ ਖਣੀ 2 ਵਜੇ ਜਾ ਕੇ ਨੰਬਰ ਆਇਆ ਸੀਗਾ ਤੇ ਚਲੋ ਸੈਨਾ ਹੀ ਲੈ ਜਾਂਦਾ ਹੈਗਾ ਉਸ ਤੋਂ ਬਾਅਦ ਹੀ ਕੰਮ ਲੱਭਣਾ ਹੀ ਅਰਜ਼ੂ ਮੇਰੇ ਤੋਂ ਮੈਂ ਬਣਾਇਆ ਪਤਾ ਕੀਤਾ ਨਹੀਂ ਮਿਲਿਆ ਐਂਡੀਡ ਤੇ ਥੱਕ ਕੇ ਹਾਰ ਕੇ ਬੈਠ ਗਏ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਵਾ ਮਹੀਨਾ ਪਹਿਲਾਂ ਜਦੋਂ ਮੈਨੂੰ ਛੜਕਾਂ ਯਾਦ ਹੋ ਗਈਆਂ ਪਲਾਜੇ ਬਲੂਜੇ ਨੇੜੇ ਜਾ ਕੇ ਆਇਆ ਮੁੰਡਿਆਂ ਨਾਲ ਹਨਾ ਕੀਤਾ ਏਜੰਸੀਆਂ ਦੀ ਗੱਲ ਦੱਸਦਾ ਘਟੋ ਪਹਿਲਾਂ ਤਾਂ ਇਹਨਾਂ ਨਾਲ ਏਜੰਸੀਆਂ 7-8 ਗਈਆਂ ਸੋ ਸਾਰੇ ਏਜੰਸੀਆਂ ਵਾਲੇ ਕਹੀ ਜਾਂਦੇ ਆ ਜੋਬ ਏਜੰਸੀਸ ਜਿਹੜੀਆਂ ਹੁੰਦੀਆਂ ਨੇ ਇੱਥੇ ਪਲਾਜੇ ਬਣੇ ਹੁੰਦੇ ਆ ਮਾਰਕੀਟ ਬਣੀ ਹੁੰਦੀ ਆ ਉਹ ਚ ਜਿਹੜੀਆਂ ਹੁੰਦੀਆਂ ਨੇ ਇਦਾਂ ਹੀ ਗੈਰ ਹੈਗਾ ਕੋਈ QR ਕੋਡ ਸਕੈਨ ਕਰ ਲਓ ਤੇ ਰਜਿਸਟਰ ਕਰ ਦਿਓ ਜਿੱਦੇ ਜੋਬ ਹੋਈ ਤੁਹਾਨੂੰ ਦੱਸ ਦਾਂਗੇ ਪਰ ਉਹਨਾਂ ਨੇ ਇੱਕ ਵਾਰੀ ਵੀ ਕਿਸੇ ਬੰਦੇ ਨੇ ਫੋਨ ਨਹੀਂ ਲਾਇਆ ਕਿਸੇ ਏਜੰਸੀ ਦਾ ਫੋਨ ਨਹੀਂ ਆਇਆ ਰਜਿਸਟਰ ਤੇ ਕਰਿਆ ਆਏ ਆ ਚਲੋ ਉਹ ਤੋਂ ਥੋੜੀਆਂ ਏਜੰਸੀਆਂ ਚ ਨੇੜੇ-ਨੇੜੇ ਪਤਾ ਕੀਤਾ ਹੀ ਹੋ ਗਿਆ ਕੰਮ ਤੇ ਬਾਅਦ ਚ ਇੱਕ ਕੰਮ ਅਹੀ ਕੀਤਾ ਵਾ ਵੀ ਰੈਜ਼ਿਊਮੇ ਉਹ ਵੀ ਜਿਹੜੇ ਮੈਂ YouTube ਤੋਂ ਵੀਡੀਓ ਵੇਖ ਕੇ ਜਾਵਾਂ ਹਾਈਨਸਟਾ ਤੇ ਕਹਿੰਦੇ ਹੁੰਦੇ ਆ ਵੀ ਤੁਸੀਂ ਪਲਾ ਪਹਿਲੀ ਗੱਲ ਤਾਂ ਜਿੰਨੇ ਆਪਣੇ ਪੰਜਾਬੀ ਬੰਦੇ ਆ ਰੈਸਟੋਰੈਂਟਾਂ ਵਾਲੇ ਇਹਨਾਂ ਨੇ ਤਾਂ 5-6 ਡਾਲਰ ਜਾਂ 7 ਡਾਲਰ ਘੰਟੇ ਤੇ ਕੰਮ ਦੇਣਾ ਵਾ 클ੀਨਿੰਗ ਦਾ ਕੰਮ ਮਿਲਣਾ ਵਾ ਮੁੰਡਿਆਂ ਨੂੰ ਕੁੜੀਆਂ ਨੂੰ ਕੰਮ ਰੈਸਟੋਰੈਂਟ ਚ ਭਾਵੇਂ ਮਿਲ ਜੇ ਸੋ ਰਿਜ਼ਿਊਮੇ ਵੰਡੇ ਤੇ ਘਟੋ ਘਟ ਮੈਂ ਉਸ ਦਿਨ 20 ਰਿਜ਼ਿਊਮੇ ਵੰਡੇ ਆ ਗੱਡੀ ਚਲੋ ਸੀਗੀ ਮੁੰਡੇ ਦੀ ਅਸੀਂ ਨੇੜੇ ਦੂਰ ਨੇੜੇ ਬ੍ਰੈਂਟਨ ਚ ਹਾਰੇ ਕਿਤੇ ਮਿਸਾਗਾ ਨੇੜੇ ਤੇੜੇ ਪੰਪਾਂ ਤੇ ਗੈਸ ਸਟੇਸ਼ਨਾਂ ਤੇ ਟਿਮ ਹੌਟਨਾਂ ਤੇ ਸਾਰੇ ਕਿਤੇ ਰਿਜ਼ਿਊਮੇ ਵੰਡੇ ਤੇ ਚਲੋ ਵਹੀ ਦਾ ਕੋਈ ਦਾ ਫੋਨ ਆਊਗਾ ਕਿਸੇ ਦਾ ਫੋਨ ਨਹੀਂ ਆਇਆ ਤੇ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਵੀ ਫੇ ਫੈਕਟਰੀ ਵੇਅਰਹਾਊਸ ਵਿੱਚ ਕਾਤੋਂ ਨਹੀਂ ਲੱਭਿਆ ਲੱਭੀਏ ਕਿੱਥੋਂ ਜੇ ਕੋਈ ਜਾਣ ਪਛਾਣ ਹੋਊਗੀ ਤਾਂ ਦੱਸੂਗਾ ਤੁਹਾਡੇ ਵੀਡੀਓ ਕੋਈ ਦੇਖ ਰਿਹਾ ਹੋਵੇ ਵੀਰ ਜੇ ਕੋਈ ਲਵਾ ਸਕਦਾ ਕੰਮ ਤੇ ਤਾਂ ਲਵਾ ਦਿਓ ਤੁਹਾਨੂੰ ਮੈਂ ਦੱਸ ਦਾਂ ਕਿੰਨਾ ਟਾਈਮ ਆਸਤੇ ਲਵਾ ਦਿਓ ਕਿਵੇਂ ਫਿਰ ਮੈਨੂੰ ਕੰਮ ਕੰਮ ਮੇਰੇ ਕੋਲ ਹੈਗਾ ਇਸ ਵਕਤ ਕੀ ਆ ਤੁਹਾਨੂੰ ਉਹ ਵੀ ਦੱਸ ਦਾਂ ਕਿ ਕਿੱਡੇ ਕ ਹਾਲਾਤ ਆ ਉਹ ਕੰਮ ਦੇ ਕੀ ਹਾਲਾਤ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ ਸੋ ਬਲਿਜ਼ੂ ਮਿਆਂ ਵੰਡ ਕੇ ਨਹੀਂ ਕੁਛ ਬਣਿਆ 20 25 ਪਹਿਲਾਂ ਕਾਲਜੋਂ ਪ੍ਰਿੰਟ ਕਢਾਏ ਸੀ ਉਹਦਾ ਨਹੀਂ ਕੁਛ ਬਣਿਆ ਜੋਬ ਜਨ ਸਿੰਘਾਂ 'ਚ ਫਿਰ ਮੈਂ ਇੱਕ ਦਿਨ ਸਾਈਕਲ ਚੱਕ ਕੇ 에য়ারਪੋਰਟ ਰੋਡ ਤੇ ਜਿਹੜੇ ਸਾਡੇ ਇਧਰ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਕਿੰਨੀਆਂ ਜਨ ਸਿੰਘਾਂ ਨੇ ਘਟੋ ਘੱਟ 10 ਕਿਲੋਮੀਟਰ ਦੇ 15 ਮੈਂ ਸਾਈਕਲ ਤੇ ਜਾ ਕੇ ਆ ਸਾਰੀਆਂ ਪਲਾਜ਼ਾਂ 'ਚ ਮੈਂ ਜਾ ਕੇ ਆ ਸਾਰੇ ਪਹਿਲੀ ਗੱਲ ਏਜੰਸੀਆਂ ਬੰਦ ਆ ਏਜੰਸੀਆਂ ਵਾਲੇ ਤਾਲੇ ਲਾ ਕੇ ਘਰੇ ਬੈਠੇ ਆ ਮੇਰੇ ਨਾਲ ਤਾਂ ਜਨ ਸਿੰਘਾਂ ਵਾਲੇ ਆਪ ਕੰਮ ਲੱਭ ਰਹੇ ਹੋਣੇ ਆ ਯਾਂਸੀਆਂ ਦਾ ਕੰਮ ਕਿੱਥੋਂ ਚੱਲੂਗਾ ਜੇ ਕੰਮ ਹੈ ਨਹੀਂ ਨੀਗਾ ਕਿਸੇ ਫੈਕਟਰੀ ਜੀ ਕਿਤੇ ਫੈਕਟਰੀ ਜਾਂ ਵੇਅਰਹਾਊਸ 'ਚ ਤਾਂ ਕੰਮ ਯਾਂਸੀ ਵਾਲੇ ਦਵਾਉਣਾ ਤੇ ਜਾਂ ਕੋਈ ਇਹ ਬੰਦਾ ਤੁਹਾਡੇ ਘਰੋਂ ਲੱਗਿਆ ਵਾ ਉਹ ਲਵਾ ਸਕਦਾ। ਉੱਥੇ ਵੀ ਕੰਮ ਕਿਤੇ ਨਹੀਂ ਮਿਲਿਆ ਚਲੋ ਗੱਲ ਨਿਬੜੀ। ਪਰ ਮੇਰੇ ਇੱਥੇ ਆਉਣ ਤੋਂ ਪਹਿਲਾਂ ਮੇਰਾ ਬ੍ਰਦਰ ਈਸੋ ਗੈਸ ਸਟੇਸ਼ਨ ਤੇ ਲੱਗਿਆ ਵਾ ਉਹ ਉਹ ਜ਼ਰੂਰ ਕਹਿੰਦਾ ਸੀ ਵੀ ਤੈਨੂੰ ਮੈਂ ਆਪ ਦੇ ਵਾਲੇ ਤੇ ਲਗਵਾ ਦੂੰਗਾ ਜਾਂ ਉੱਥੇ ਕਰ ਲਾਂਗੇ ਹੱਲ। ਉੱਥੇ ਉਹਨਾਂ ਦਾ ਕਿਹਾ ਵਈ ਸੀਗਾ ਉਹਦਾ ਵੀ ਜੇ ਕਿਤੇ ਵੈਕੈਂਸੀ ਹੋਈ ਤਾਂ ਮੇਰਾ ਬ੍ਰਦਰ ਆਊਗਾ ਜ਼ਰੂਰ ਦੱਸਿਓ। ਪਹਿਲਾਂ ਹੀ ਕਿ ਕਹਤਾ ਸੀ 6-7 ਮਹੀਨੇ ਮੇਰੇ ਆਉਣ ਤੋਂ ਹੁਣ ਮੈਂ ਤੁਹਾਨੂੰ ਆਪਦੀ ਸਾਰੀ ਸਟੋਰੀ ਸੁਣਾ ਚੁੱਕਿਆ ਵੀ ਇੰਨੇ ਧੱਕੇ ਖਾਲੇ ਸੀਗੇ ਨਹੀਂ ਕੁਝ ਬਣਿਆ ਸੇ ਕੋਲਜ ਆਪਣਾ ਹੈਗਾ ਹੰਬਰ ਬਈ ਉਹ ਅਸਾਈਨਮੈਂਟਾਂ ਦੀ ਬਸ ਪੁੱਛੋ ਹੀ ਨਾ ਤੇ ਮੈਂ ਸਾਰਿਆਂ ਨੂੰ ਇੱਕੋ ਹੀ ਰਿਕਵੈਸਟ ਕਰੂੰਗਾ ਵੀ ਕੋਈ ਨਹੀਂ ਹੰਬਾ ਤੇ ਦਾ ਸਪੈਸ਼ਲ ਵੀਡੀਓ ਬਣਾਵਾਗੇ ਤੇ ਜੇ ਕੋਈ ਜਵਾਕ ਜਿਹਦੇ 60-70% ਸੀ ਜਨਾ ਉਹ ਤਾਂ ਜਮਾ ਹੀ ਨਾ ਲੈ ਗਏ 80% ਵਾਲਾ ਵੀ ਨਾ ਲੈ ਗਏ ਜਿਹੜਾ ਉਹ ਤੋਂ ਜ਼ਿਆਦਾ ਵੀ ਕਹਿੰਦਾ ਵੀ ਮੈਂ ਹੈਂਡਲ ਕਰ ਲੂੰਗਾ ਜੇ ਤੇ ਇੰਗਲਿਸ਼ ਸਮਝ ਆਉਂਦੀ ਆ ਚੰਗੀ ਤਰ੍ਹਾਂ ਉਹ ਤਾਂ ਲੈ ਲਿਓ ਕਾਲਜ ਦੇ ਉੱਤੋਂ ਨਹੀਂ ਲੰਘਦਾ ਸਮਾਨ ਉਹ ਤਾਂ ਨਾ ਲਿਓ ਐਵੇਂ ਬਾਅਦ ਇੱਥੇ ਆ ਕੇ ਚੇਂਜ ਕਰਾਉਂਦੇ ਫਿਰੋਗੇ ਤੇ ਉਸ ਤੋਂ ਬਾਅਦ ਚਲੋ ਕਾਲਜ ਦੀ ਛੱਡੋ ਹੁਣ ਜੌਬ ਦਾ ਤੁਹਾਨੂੰ ਦੱਸਿਆ ਵੀ ਇੱਥੇ ਤੱਕ ਯੰ ਸਿੰਘਾ ਯਾਰ ਛੱਡੀਆਂ ਹੀ ਨਹੀਂ ਹੋਣਗੀਆਂ ਬ੍ਰੈਂਟਨ ਚ ਤੱਕ ਇੰਨੀਆਂ ਵੇਖਿਆ ਆ ਮੈਂ ਰਿਜ਼ਿਊਮੇ ਵੰਡ ਤੇ ਨਹੀਂ ਕੰਮ ਬਣਿਆ ਫਿਰ ਮੇਰੇ ਬਦਰ ਨੇ ਉੱਥੇ ਕਿਹਾ ਵਾ ਸੀਗਾ ਤੇ ਉਹ ਕਹਿੰਦਾ ਵੀ ਐਂ ਕਰਕੇ ਹੈਗਾ ਹਨਾ ਇਹਨਾਂ ਦੇ ਨਾ ਇੱਕ ਦਿਨ ਹੀ ਬਿਮਾਰ ਹੋ ਗਿਆ ਕਿਤੇ ਤੇ ਇੱਕ ਬੰਦੇ ਨੇ ਛੁੱਟੀ ਮਾਰ ਲਈ ਤੇ ਬੰਦਾ ਉਹ ਕਹਿੰਦਾ ਵੀ ਚਲ ਬੰਦੇ ਸਾਰੇ ਆਪਣੇ ਪੰਜਾਬੀ ਲੱਗੇ ਗੈਸ ਸਟੇਸ਼ਨ ਉਹਨੇ ਮੈਨੇਜਰ ਨੂੰ ਕਹਾ ਤਾਂ ਮੈਨੇਜਰ ਸਾਡਾ ਬੰਦਾ ਵਧੀਆ ਚਲੋ ਤੇ ਉਹ ਕਹਿੰਦਾ ਕੋਈ ਨਹੀਂ ਬੰਦਾ ਲੈ ਜਾਂਦੇ ਫਿਰ ਬੰਦਾ ਜਾਲ ਇਹਨਾਂ ਨੇ ਮੈਨੂੰ ਸੱਦ ਲਿਆ ਇਹ ਕਹਿੰਦੇ ਟ੍ਰੇਨਿੰਗ ਲਵਾਵਾਂਗੇ ਟ੍ਰੇਨਿੰਗ ਦੇ 16 ਘੰਟਿਆਂ ਦੇ ਪੈਸੇ ਦੇਵਾਂਗੇ ਪਰ ਟ੍ਰੇਨਿੰਗ ਘੱਟੋ ਘੱਟ 15 ਦਿਨ ਚੱਲੂਗੀ 15 ਦਿਨ ਟ੍ਰੇਨ ਕੀਤਾ ਵੀ ਕਿਵੇਂ ਟਰਾਂਜੈਕਸ਼ਨ ਲਾਈ ਦੀਆਂ ਕਿਵੇਂ ਲਾਈ ਦੀਆਂ ਤੇ ਪਰ ਪਹਿਲਾਂ ਹੀ ਕਹਤਾ ਸੀਗੇ ਇਹਨਾਂ ਨੇ ਮੈਨੂੰ ਵੀ ਸ਼ਿਫਟ ਸਾਡੇ ਕੋਲ ਲੈਣੀ ਕਿਉਂਕਿ ਬੰਦੇ ਪੂਰੇ ਸੀਗੇ ਕਿਤੇ ਬੰਦਾ ਘਟਦਾ ਹੋਵੇ ਫੇਰ ਸੀਗਾ ਬੰਦੇ ਸਾਰੇ ਪੂਰੇ ਹੀ ਸਾਰੇ ਪਾਰਟ ਟਾਈਮ ਲੱਗੇ ਹੋਏ ਸੀ ਹਾਂ ਤਾਂ ਵੱਡਾ ਜabb ਪਾਇਆ ਪੁਰਾਣੇ ਸਟੂਡੈਂਟ 40 40 ਘੰਟੇ ਕੰਮ ਕਰ ਸਕਦੇ ਸਨ ਤੇ ਅਸੀਂ 20 ਘੰਟੇ ਕਰ ਸਕਦੇ ਆ ਜਿਨ੍ਹਾਂ ਦਾ ਵੀਜ਼ਾ ਅਕਤੂਬਰ ਤੋਂ ਬਾਅਦ ਲੱਗਿਆ ਖਣੀ ਪਹਿਲਾਂ ਲੱਗਿਆ ਉਹ ਕਰ ਸਕਦੇ ਆ ਚਾਹ ਫੁੱਲ ਟਾਈਮ ਅਸੀਂ 20 ਘੰਟੇ ਹੀ ਕਰ ਸਕਦੇ ਆ ਸੋ ਹੁਣ ਕੰਮ ਉਹ ਜਾਂ ਵੀ ਕੋਈ ਦਵੇ ਫੇਰ ਕੈਸ਼ ਤੇ ਤਾਂ ਪਹਿਲੀ ਗੱਲ ਯਾਰ ਬ੍ਰੈਂਟਨ 'ਚ ਸੈਨ ਤੇ ਕੰਮ ਨਹੀਂ ਮਿਲਦਾ ਕੈਸ਼ ਤੇ ਤਾਂ ਮਿਲਦਾ ਹੀ ਨਹੀਂ ਆਦਾ ਤੇ ਚਲੋ ਮੈਂ ਕਹਿੰਦੇ ਵੀ ਚਲੋ ਹਜੇ ਟ੍ਰੇਨਿੰਗ ਦਿੰਨੇ ਆ ਜਦੋਂ ਸਾਡੇ ਕੋਲ ਵੈਕੈਂਸੀ ਹੋਈ ਯੂਰੋ ਦੱਸਾਂਗੇ ਹੁਣ ਅੱਜ ਮੈਨੂੰ 3 ਮਹੀਨੇ ਹੋ ਗਏ ਆ ਟੋਟਲ ਆਏ ਨੂੰ ਤੇ ਵੈਕੈਂਸੀ ਬੰਦੇ ਹਟਣਗੇ ਤਾਂ ਫੇਰ ਹੀ ਆ ਹੁਣ ਮੈਂ ਤੁਹਾਨੂੰ ਦੱਸ ਦਾਂ ਆਪਦੇ ਕੰਮ ਦਾ ਮੇਰੇ ਕੰਮ ਤੋਂ ਬੰਦੇ ਹਟਣੇ ਆ ਅਗਸਤ ਦੇ ਵਿੱਚ ਦੋ ਜਣੇ ਹਟਣੇ ਆ ਉਦੋਂ ਸ਼ਿਫਟਾਂ ਮੈਨੂੰ ਮਿਲਣਗੀਆਂ ਤਿੰਨ ਪਹਿਲੀ ਪਹਿਲਾਂ ਪਹਿਲਾਂ ਨਾਈਟ ਸ਼ਿਫਟਾਂ ਲਵਾਉਂਦੇ ਆ ਇਹ ਕਿਉਂਕਿ ਨਾਈਟ ਵਿੱਚ ਕੱਠ ਟ੍ਰਾਂਜੈਕਸ਼ਨ ਇੰਨੀ ਨਹੀਂ ਹੁੰਦੀਆਂ ਪੰਪ ਤੇ ਕੱਲਾ ਪੰਪ ਤੇ ਟ੍ਰਾਂਜੈਕਸ਼ਨ ਲੈਣ ਦਾ ਕੰਮ ਨਹੀਂ ਹੁੰਦਾ ਕਿਉਂਕਿ ਪੰਪ ਤੇ ਇੱਥੇ ਤੁਹਾਨੂੰ ਪਤਾ ਇੱਕ ਜਰਨਲ ਸਟੋਰ ਵੀ ਬਣਿਆ ਹੁੰਦਾ ਅੰਦਰ ਜ਼ਿਆਦਾਤਰ ਮੈਨੂੰ ਪਤਾ ਈਵਰਸ ਇੰਡੀਆ ਤੋਂ ਦੇਖ ਰਹੇ ਨੇ ਪੰਜਾਬ ਤੇ ਉਹ ਜャ ਸਟੋਰ ਵੀ ਹੁੰਦਾ ਨਾਲ ਪੰਪ ਦੇ ਤੇ ਨਾਲ ਨਾਲ ਤੇਲ ਦੀ ਨਿਗਰਖਣੀ ਹੁੰਦੀ ਆ ਸੋ ਰਾਤ ਦੀਆਂ ਸ਼ਿਫਟਾਂ ਦਿੰਦੇ ਆ ਪਹਿਲਾਂ ਪਹਿਲਾਂ ਇਹਨਾਂ ਨੇ ਮੈਨੂੰ ਚੱਲ ਜੂਨ ਜੂਨ ਮਈ ਅਪ੍ਰੈਲ ਚ ਮੈਂ ਗਿਆ ਅਪ੍ਰੈਲ ਤੋਂ ਬਾਅਦ ਮਈ ਹਾਂ ਮਈ ਚ ਇਹਨਾਂ ਕੋਲ ਗਿਆ ਹੁਣ ਟ੍ਰੇਨਿੰਗ ਲੈਣ 15 20 ਮਈ ਤੱਕ ਦਾ ਟ੍ਰੇਨਿੰਗ ਚੱਲੀ ਹੋਊਗੀ ਤੇ ਉਸ ਤੋਂ ਬਾਅਦ ਇੱਕ ਸ਼ਿਫਟ ਨਾਈਟ ਮਿਲੀ ਸੀਗੀ ਤੇ ਉਹ ਵੀ ਕੋਈ ਬੰਦਾ ਸੀਗਾ ਉਹ 에어ਪੋਰਟ ਤੇ ਲੱਗਾ ਕੰਮ ਕਰਦਾ ਮੁੰਡਾ ਤੇ ਇੱਥੇ ਉਹ ਇੱਕ ਸ਼ਿਫਟ ਹੀ ਲਾਉਂਦਾ ਵਾ ਕਹਿੰਦਾ ਚੱਲ ਵੇ ਲਾਗਣ ਨੂੰ ਰਹਿਣਾ ਇੱਕ ਲਾ ਲੈਂਦੇ ਆ ਸੋ ਉਹ ਉਹਦੀਆਂ ਸ਼ਿਫਟਾਂ ਇਹਨਾਂ ਨੇ ਮੈਨੂੰ ਦੇਤੀਆਂ ਕਹਿੰਦੇ ਚੱਲ ਤੈਨੂੰ ਵੀ ਇੱਕ ਚੈੱਕ ਸ਼ਿਫਟ ਦੇ ਦਿਆ ਕਰਾਂਗੇ ਸੋ ਮੈਂ ਇੱਕਾ ਸ਼ਿਫਟ ਨਾਈਟ ਲਾਉਂਦਾ ਰਿਹਾ ਵਾਂ ਲਾਉਂਦਾ ਕੀ ਰਿਹਾ ਹਲੇ ਤੱਕ ਦੋ ਸ਼ਿਫਟਾਂ ਹੀ ਲਗਾਈਆਂ ਨੇ ਨਾਈਟ ਤੇ ਮਹੀਨੇ ਹੋ ਗਏ ਆ ਤਿੰਨ ਆਏ ਨੂੰ ਦੋ ਸ਼ਿਫਟਾਂ ਨਾਈਟ ਲੱਗੀਆਂ ਤੇ ਤੀਜੀ ਅੱਜ ਰਾਤ ਨੂੰ ਲਾਉਣੀ ਆ ਸੋ ਅੱਜ ਤੁਹਾਨੂੰ ਪਤਾ ਮੈਂ ਰਾਤ ਵੀ ਘੱਟ ਸੌਂਦਾ ਮੈਂ ਗਿਆ ਪਹਿਲਾਂ ਅੱਜ ਵੀਡੀਓ ਹੀ ਬਣਾਈਏ ਪਹਿਲਾਂ ਦੱਸ ਦਈਏ ਤੁਹਾਨੂੰ ਸਾਰਾ ਕੁਝ ਇੱਥੋਂ ਦਾ ਹੁਣ ਵੀਡੀਓ ਬਣਾ ਕੇ ਫ ਤੇ ਇੱਕ ਉਧਰੋਂ ਸਾਡੇ ਅੱਜ ਪਿੰਡ ਵਾਲਿਆਂ ਨੇ ਖੰਡ ਪਾਠ ਖਲਾਇਆ ਵਾ ਇੱਥੇ ਨੇੜੇ ਗੁਰਦੁਆਰਾ ਸਾਹਿਬ ਵਿੱਚ ਸੋ ਜਾਣੇ ਆ ਪਿੰਡ ਵਾਲੇ ਬੰਦੇ ਮਿਲਦੇ ਆ ਦੇਖਦੇ ਆ ਗੱਲਬਾਤ ਕਰਦੇ ਆ ਨਵੇਂ ਆਏ ਆ ਚਲੋ ਕਿਹੜੇ ਕਿਹੜੇ ਬੰਦੇ ਆ ਇੱਥੇ ਹਨਾ ਗੱਲਬਾਤ ਹੋ ਜੂਗੀ ਚਲੋ ਜਾਣੇ ਆ ਤੇ ਵੀਡੀਓ ਚ ਤੁਹਾਨੂੰ ਅੱਜ ਦੱਸਣਾ ਸੀਗਾ ਇਹੀ ਬਸ ਗੱਲਾਂ ਵੀ ਤੁਹਾਡੇ ਸਾਹਮਣੇ ਆ ਅੱਜ ਵੀਡੀਓ ਫ੍ਰਸਟ੍ਰੇਟ ਹੋ ਕੇ ਹੀ ਬਣਾ ਰਿਹਾ ਵਾਂ ਤਿੰਨ ਮਹੀਨੇ ਹੋ ਗਿਆ ਕੰਮ ਬ੍ਰਹਿਮਟਾਂ ਦੇ ਸਤਿਆਨਾ ਸਾ ਤੇ ਜਿਹੜੇ ਕਹਿ ਰਹੇ ਆ ਹਨਾ ਵੀ ਜਾਂ ਤੁਸੀਂ ਐਵੇਂ ਕਹੀ ਜਾਂਦੇ ਆ ਉੱਥੇ ਤੁਸੀਂ ਵਧੀਆ ਐਸ਼ ਕਰਦੇ ਆ ਗੱਡੀਆਂ ਚ ਰੀਲਾਂ ਪਾਉਂਦੇ ਆ ਕੋਈ ਨਹੀਂ ਇੰਸਟਾ ਤੁਸੀਂ ਮੇਰਾ ਖੋਲ ਕੇ ਵੇਖ ਲਓ ਤੁਹਾਨੂੰ ਬਧੇਰੀ ਫੁਗਰੀ ਦਿਖ ਜੂਗੀ ਤੇ ਇੰਸਟਾ ਵਗੈਰਾ ਦਾ ਸੋਸ਼ਲ ਮੀਡੀਆ ਤੇ ਆਪਾਂ ਬਧੇਰੀ ਫੁਗਰੀ ਮਾਰਦੇ ਆ ਗਰਾਊਂਡ ਰਿਐਲਿਟੀ ਕੋਈ ਹੋਰ ਆ ਜੱਜ ਤੁਹਾਡੇ ਸਾਹਮਣੇ ਹੀ ਆ ਬਣਾਉਣ ਨੂੰ ਹਣ ਇਹਨਾਂ ਕੋਲ ਆ ਲੈਣ ਸਾਡੇ ਕੋਲ ਇਧਰ ਚਾਰਜਰ ਖੜੀ ਆ ਕੋਈ ਨਹੀਂ ਹੋਰ ਥੋੜਾ ਟਾਈਮ ਖੜਾ ਕੇ ਸਨੋ ਪਾ ਲੈਣ ਦੋ ਅਸੀਂ ਵੀ ਪਾ ਦਾਂਗੇ ਰੀਲਾਂ ਕੋਈ ਨਹੀਂ ਉਗਰੀ ਵੀਕਐਂਡ ਤੇ ਮੁੰਡੇ ਜਾਂ ਜਿਹੜੇ ਤਕੜੇ ਘਰਾਂ ਦੇ ਮੁੰਡੇ ਆ ਜਿਨ੍ਹਾਂ ਕੋਲ ਮਸਟੈਂਗਾ ਮਸਟੂੰਗਾ ਰੱਖ ਜਾਵੀਆਂ ਹਨਾ ਕੋਈ ਕਹਿ ਦਿੰਨੇ ਆ ਕਿ ਇਧਰ ਲਗਤਰੀ ਗਾਰਾਂ ਵਾਲੇ ਚਾ ਪੂਰੇ ਹੋ ਜਾਂਦੇ ਐ ਇੰਨੀ ਵੀ ਛੇਤੀ ਨਹੀਂ ਪੂਰੇ ਹੁੰਦੇ ਸਭ ਤੋਂ ਓੱਖਾ ਸਟੱਡੀ ਦਾ ਟਾਈਮ ਆ ਫੇਰ ਬਾਅਦ ਚ ਚਲੋ ਵੇਖੀ ਜਊ ਜੋ ਹੋਊਗਾ ਸਟੱਡੀ ਟਾਈਮ ਬੰਦੇ ਡਿਪਰੈਸ਼ਨ ਚ ਜਾਂਦੇ ਆ ਸਟੂਡੈਂਟ ਜਾਂਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਦਾ ਮੈਂ ਨਾ ਜਦੋਂ ਇੰਡੀਆ ਦਾ ਤੁਰਿਆਂ ਤੇ ਮੈਨੂੰ ਠੱਟਾ ਬਾਪਣਾ ਕਿਹੜਾ ਮਿਲਨ ਟੱਬਾ ਜੋ ਦਿਲ ਪੰਜਾਬ ਤੋਂ ਜਾਣਦੇ ਆ ਦਲੀ ਰਿਪੋਰਟਰ ਉਥੇ ਰੋਕੇ ਤੇ ਮੈਨੂੰ ਇੱਕ ਬੰਦਾ ਮਿਲਿਆ ਕਹਿੰਦਾ ਕੈਨੇਡਾ ਚ ਲਿਆਂ ਗਿਆ ਕਹਿੰਦਾ ਉਹ ਪੀਆਰ ਸੀ ਆ ਕਿਤੇ ਮੁੜ ਮੁੜਦਾ ਸੀ ਆ ਉਹ ਵੀ ਪਟਾਬੇ ਤੇ ਖੜਾ ਹੀ ਕਹਿੰਦਾ ਕੋਈ ਨਹੀਂ ਤਕੜਾ ਹੋ ਗਿਆ ਰਹੀ ਕਹਿੰਦਾ ਕਈ ਵਾਰੀ ਆਏ ਜੇ ਹਾਲਾਤ ਵੀ ਆ ਜਾਂਦੇ ਆ ਵੀ ਬੰਦਾ ਕੱਲਾ ਵੀ ਬੰਦੇ ਨੂੰ ਬੈਠ ਕੇ ਰੋਣਾ ਪੈਂਦਾ ਕਹਿੰਦਾ ਵੀ ਵਾਸ਼ਰੂਮ ਚ ਵੀ ਕਹਿੰਦਾ ਲਾ ਕੇ ਨਾ ਵੀ ਗੇਟ ਬੰਦ ਕਰਕੇ ਵੀ ਕਈ ਵਾਰੀ ਰੋਣਾ ਪੈਂਦਾ ਇੰਨਾ ਹਾਲਾਤ ਔਖੇ ਹੁੰਦੇ ਆ ਮੈਂ ਕਹਿਆ ਉਦੋਂ ਉਹਨੂੰ ਕਿਹਾ ਵੀ ਮੈਂ ਮਨ 'ਚ ਸੋਚਿਆ ਵੀ ਇੱਡਾ ਵੀ ਬੰਦਾ ਔਖਾ ਹੋ ਜੂਗਾ ਹਨਾ ਵੀ ਚਲੋ ਜਦੋਂ ਹੁਣ ਇੱਥੋਂ ਚੱਲੇ ਆ ਇਹਨਾਂ ਦਾ ਪਤਾ ਹੀ ਆ ਵੀ ਕੰਮ ਤਾਂ ਕਰਨਾ ਹੀ ਤੋ ਇਹ ਤਾਂ ਹੈ ਨਹੀਂ ਤੁਸੀਂ ਕੰਮ ਨੂੰ ਲੈ ਕੇ ਰੋਈ ਜਾਓ ਹੁਣ ਅਸੀਂ ਇੱਥੇ ਇਸ ਟਾਈਮ ਅਸੀਂ ਕਾਹ ਨੂੰ ਲੈ ਕੇ ਰੋਣੇ ਆ ਵੀ ਕੰਮ ਨਹੀਂ ਮਿਲਦਾ ਕੰਮ ਮਿਲੇ ਅਸੀਂ ਇਹ ਕਹਿੰਨੇ ਆ ਸ਼ਿਫਟਾ ਮਿਲ ਜਿੰਨਾ ਮਰਜ਼ੀ ਮਰਜੀ ਓੱਖਾ ਕੰਮ ਮਿਲੇ ਮਿਲੇ ਤਾਂ ਸਹੀ ਹਨਾ ਤੇ ਮੈਂ ਔਰ ਤਾਂ ਚੱਲ ਉਹ ਤਾਂ ਬੰਦਾ ਔਰ ਤਾਂ ਕੰਮ-ਕੰਮ ਵੀ ਹੋਊਗਾ ਹੋਰ ਹਜੇ ਜ਼ਿੰਦਗੀ 'ਚ ਬਹੁਤ ਕੁਝ ਆਉਣਾ ਹੋਊਗਾ ਹਨਾ ਅੱਗੇ ਚਲੋ ਉਹਦੀ ਮੈਂ ਗੱਲ ਨੂੰ ਐਂਡ ਕਰ ਲਿਆ ਜਾਂ ਕਰਤਾ ਸੀਗਾ ਬੜਾ ਜਰਲਾਈਜ਼ ਥੋੜਾ ਜਿਹਾ ਹੁੰਦਾ ਵਾ ਤੇ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਡਿਪਰੈਸ਼ਨ ਦੇ ਦਾ ਵੀ ਸਟੂਡੈਂਟ ਡਿਪਰੈਸ਼ਨ 'ਚ ਜਾਂਦੇ ਕਾਤੋਂ ਕੀ ਗੱਲ ਆ ਫਿਰ ਹੋਰ ਵੀ ਵੀਡੀਓਸ ਬਹੁਤ ਤੁਹਾਨੂੰ ਦੱਸਾਂਗੇ ਸੋ ਸਾਨੂੰ ਤੁਹਾਨੂੰ ਸਾਰਿਆਂ ਨੂੰ ਇੱਕੋ ਇਸ ਵੀਡੀਓ ਤੋਂ ਮੈਂ ਤਾਂ ਨਿਚੋੜ ਕੱਢ ਕੇ ਹੀ ਦੱਸੂਗਾ ਵੀ ਜਿਹੜੇ ਬੈਠੇ ਆ ਪੰਜਾਬ 'ਚ ਆਲਰਟਸ ਕਰੀ ਜਾਂਦੇ ਆ ਵੀ ਭਾਈ ਬ੍ਰੈਮਟਨ ਤਾਂ ਨਾ ਆਇਓ ਜੇ ਤੁਸੀਂ ਹੋਰ ਕਿਤੇ ਚੱਲ ਜਿਓ ਬ੍ਰੈਮਟਨ ਆਇਓ ਪਹਿਲੀ ਗੱਲ ਤਾਂ ਇੱਥੇ ਬੱਸਾਂ 'ਚ ਵੇਖਦਾ ਮੈਂ ਕਿਸੇ ਦੇ ਮੂੰਹ ਤੇ ਤੁਹਾਨੂੰ ਹਾਸਾ ਨਹੀਂ ਦਿਸਣਾ ਸਪੈਸ਼ਲੀ ਸਟੂਡੈਂਟ ਦੇ ਹੁਣ ਤੁਸੀਂ ਕਹਿਣਾ ਵੀ ਇੱਥੇ ਤੁਸੀਂ ਜਾ ਕੇ ਆ ਮौजियां ਕਰਦੇ ਨੇ ਸਾਨੂੰ ਕਹਿੰਦੇ ਨਹੀਂ ਆਉਂਦੇ ਜਿਹਦੇ ਬਾਹਲਾ ਕੀੜਾ ਉੱਠਦਾ ਉਹ ਆ ਜਿਓ ਕੋਈ ਨਹੀਂ ਫਿਰ ਦੇਖ ਲਿਓ ਫੇਰ ਦੀ ਫੋਨ ਲਈ ਜਾਵਾਂਗੇ ਬਾਈ ਕੰਮ ਦਵਾ ਦੇ ਜਿਹੜੇ ਚੱਲ ਜਾਣ ਫਹਿਣਦੇ ਆ ਮੇਰੇ ਕੋਲ ਤਾਂ ਆਪ ਹੈ ਜੈਣੀਗਾ ਇਹ ਵੀਕ ਚੈੱਕ ਦੇਣ ਜਾਣਾ ਮੈਂ ਤੇ ਹਜੇ ਮੈਨੂੰ ਅਗਸਤ ਤੋਂ ਬਾਅਦ ਅਖਣੀ ਤਿੰਨ ਸ਼ਿਫਟਾਂ ਮਿਲਣੀਆਂ ਨੇ ਉਹਨਾਂ ਚੱਕਰ ਵੀ ਹੁਣ ਮਹੀਨਾ ਵੇਲਾ ਬੈਠਾ ਜੀ ਕੋਈ ਵੀਡੀਓ ਦੇਖਦਾ ਬ੍ਰੈਂਟਾਂ ਦੇ ਕੰਸਟ੍ਰਕਸ਼ਨ ਦਾ ਕੋਈ ਕੰਮ ਹੋਇਆ ਤੇ ਮਾੜਾ ਮੈਨੂੰ ਇੰਸਟਾਗ੍ਰਾਮ ਤੇ ਮੈਂ ਅਸੀਂ ਕਰਦੇ ਆ ਆ ਜਾਾਂਗੇ ਸੋ ਇਹ ਸੀਗੀ ਅੱਜ ਦੀ ਵੀਡੀਓ ਵੀ ਜਿਹੜੇ ਪੰਜਾਬ 'ਚ ਬੈਠੇ ਆ ਸੋਚਦੇ ਆ ਪੰਜਾਬ 'ਚ ਮੈਂ ਵੀ ਬਹੁਤ ਐਸ਼ ਕੀਤੀ ਆ ਸਾਡੀ ਦਾ ਚਲੋ ਪਹਿਲੀ ਬੂਲੀ ਵੀ ਠੇਕੇਰੇ ਦਿੱਤੀ ਹੁੰਦੀ ਸੀ ਆਪਾਂ ਦਾ ਸ਼ਾਮ ਸ਼ੂਨ ਨੂੰ ਜੰਮ ਜੰਮ ਜਾਈਦਾ ਸੀਗਾ ਵਧੀਆ ਖਾ ਪੀ ਗਏ ਚਿਕਣ ਚੁਗਣਾਂ ਅੰਡੇ ਉੰਡੇ ਖਾ ਕੇ ਪੈ ਜਾਂਦਾ ਸੀ ਹਨਾ ਫੇਰ ਦਿਨ ਚੜਦਾ ਸੀ ਰਾਮ ਨਾ ਉੱਠੀਦਾ ਸੀਗਾ ਹੁਣ ਵੀ ਇੱਥੇ ਅਸੀਂ ਕੰਮ ਕਰਨ ਲਈ ਤਿਆਰ ਹਾਂ ਪਰ ਸਾਨੂੰ ਕੰਮ ਮਿਲੇ ਤਾਂ ਸਹੀ ਹਨਾ ਤੇ ਕੇਰਾਂ ਦਾ ਤੁਹਾਨੂੰ ਇੱਥੇ ਆ ਕੇ ਬਹੁਤ ਹੋ ਰਹੀ ਲੱਗੂਗਾ ਜੀ ਵੀ ਲੱਗਣਾ ਸ਼ੁਰੂ ਸ਼ੁਰੂ ਚ ਤਾਂ ਵੀ ਕਿੱਥੇ ਆ ਗਏ ਇਦਾਂ ਇਡੀ ਵਧੀਆ ਸੀਗੇ ਸਾਰੇ ਜਾਣੀ ਕਹਿੰਦੇ ਪੰਜਾਬ ਵਧੀਆ ਸੀ ਸਟੂਡੈਂਟ ਤੋਂ ਜਿਹੜਾ ਆਇਆ ਨਾ ਮਹੀਨਾ ਮਹੀਨਾ ਖੁਆ ਜਿਹਨੂੰ ਆਏ ਨੂੰ 2 ਮਹੀਨੇ ਤੁਸੀਂ ਪੁੱਛ ਕੇ ਵੇਖ ਲਓ ਕਹਿੰਦਾ ਬਈ ਪੰਜਾਬ ਵਧੀਆ ਸੀ ਪੰਜਾਬ ਪੰਜਾਬ ਹੈ ਹੀ ਵਧੀਆ ਦੇਖੋ ਸਵੇਰ ਉੱਠ ਕੇ ਸ਼ਾਮ ਤੱਕ ਆਪਾਂ ਕਰਦੇ ਹਾਂ ਕੁਝ ਵੇਲੇ ਬੈਗ ਦਿਹਾੜੀ ਗੱਡ ਲਈ ਤੇ ਤਾਂ ਵੀ ਆਪਣੇ ਚਲੋ ਵਧੀਆ ਘਰ ਚੱਲੀ ਜਾਂਦੇ ਹਨਾ ਵੀ ਰੋਟੀ ਪਾਣੀ ਬਠਾ ਫਿਊਚਰ ਲਈ ਆਪਾਂ ਦੇਖ ਲੈਂਦੇ ਹਾਂ ਮਰ ਜੇ ਇੱਥੋਂ ਪੰਜਾਬ ਜਿਹਦਾ ਮੋੜਨਾ ਵਾ ਪੈਸੇ ਕਮਾ ਕੇ ਭੇਜਨੇ ਆ ਫੇਰ ਤਾਂ ਫਾਇਦਾ ਹੈਗਾ ਜੇ ਇੱਥੇ ਹੀ ਰਹਿ ਜਿਹੜੇ ਉੱਥੇ ਬੈਠੇ ਆ ਜਿਹੜੇ ਜਿਨ੍ਹਾਂ ਨੇ ਆਇਲਟਸ ਕਰ ਲਿਆ ਉਸ ਤੋਂ ਬਾਅਦ ਆਇਲਟਸ ਕਰਨ ਤੋਂ ਬਾਅਦ ਜਿਹੜੇ 6-7 ਮਹੀਨੇ ਆ ਉਹ ਮੌਜ ਆ ਜਿਹਦੇ ਵੀ ਵਿਹਲੇ ਬੈਠੇ ਆ ਜਿਹਦੇ ਵੀ ਸਕਿੱਲ ਸਿੱਖ ਲੋਗੇ ਤਾਂ ਕੰਮ ਆ ਜੂਗੀ ਮੈਂ ਤਾਂ ਕੋਈ ਸਿੱਖੀ ਨਹੀਂ ਸੀ ਨਾ ਹੀ ਆਪਾਂ ਨੂੰ ਸੀਗਾ ਵੀ ਕੋਈ ਨਹੀਂ ਮੈਂ ਵੀ ਹੁਣ ਤੁਸੀਂ ਕਹੋਗੇ ਇੱਥੇ ਬੈਠਾ ਵੀਡੀਓ ਬਣਾਈ ਜਾਂਦਾ ਵੀ ਕੋਈ ਨਹੀਂ ਅਸੀਂ ਜਾਵਣਾਗੇ ਕੰਮ ਲੱਭਾਂਗੇ ਬਥੇਰੇ ਕਹਿੰਦੇ ਆ ਲੱਭ ਲਾਂਗੇ ਕੰਮ ਇੱਥੇ ਉਹਦੀ ਗਰਾਊਂਡ ਰਿਐਲਿਟੀ ਤੁਹਾਨੂੰ ਦੱਸ ਰਹੇ ਆ ਕੰਮ ਜਮਾਂ ਹੀ ਹੈ ਨਹੀਂਗਾ ਜਵਾਕ ਉੱਥੇ ਕਾਲਜਾਂ 'ਚ ਰੋਂਦੇ ਆ ਵੀ ਕੰਮ ਦਵਾ ਦੋ ਕੰਮ ਦਵਾ ਦੋ ਕਿਸੇ ਕੋਲ ਕੰਮ ਹੈ ਨਹੀਂਗਾ ਲੋਕ 6 6 ਜਨਵਰੀ ਦੇ ਜਵਾਗ ਆਏ ਨਾ ਜਨਵਰੀ ਦੇ ਜਵਾਗ 7 7 ਮਹੀਨਿਆਂ ਤੋਂ ਵਿਲੇ ਬੈਠੇ ਆ ਕੰਮ ਬਿਲਕੁਲ ਹੈ ਨਹੀਂ ਇੱਥੇ ਬੇਸਮੈਂਟ ਚ ਇੱਕ ਮੁੰਡਾ ਰਹਿੰਦਾ ਉਹ ਕਹਿੰਦਾ ਮੈਂ ਜਨਵਰੀ ਚ ਆ ਗਿਆ ਸੀਗਾ ਕਹਿੰਦਾ ਸ਼ੁਰੂ ਸ਼ੁਰੂ ਚ ਕੰਮ ਕੀਤਾ ਕਹਿੰਦਾ ਉਸ ਤੋਂ ਬਾਅਦ ਕੰਮ ਨਹੀਂ ਮਿਲਿਆ ਡ੍ਰੌਪ ਲੈ ਲਿਆ ਹੁਣ ਡ੍ਰੌਪ ਤੇ ਖੜੇ ਚੱਲ ਰਿਹਾ ਤੇ 4 ਮਹੀਨਿਆਂ ਤੇ ਡ੍ਰੌਪ ਦੇ ਵਿੱਚ ਕੋਈ ਕੰਮ ਨਹੀਂ ਡ੍ਰੌਪ ਚ ਫੁੱਲ ਟਾਈਮ ਕੰਮ ਕਰ ਸਕਦੇ ਆ ਕੰਮ ਹੈ ਹੀ ਨਹੀਂਗਾ ਬ੍ਰੈਂਟਨ ਚ ਸੋ ਸਾਰਿਆਂ ਨੂੰ ਇੱਕੋ ਰਿਕਵੈਸਟ ਆ ਵੀ ਜੇ ਤੁਸੀਂ ਆ ਰਹੇ ਹੋ ਸਪੈਸ਼ਲੀ ਮੇਰੇ ਪੈੰਡ ਵਾਲੇ ਵੀ ਵੀ ਜੇ ਤੋ ਜ਼ਿਆਦਾ ਜਵਾਬ ਭੇਜਣਾ ਕਿਉਂਕਿ ਆਪਾਂ ਭੇਜਦੇ ਆ ਬ੍ਰੈਂਟਨ ਸਰੀ ਬ੍ਰੈਂਟਨ ਸਰੀ ਬਸ ਜਾਵੜੋ ਇੱਥੇ ਰਿਸ਼ਤੇਦਾਰ ਆ ਰਿਸ਼ਤੇਦਾਰਾਂ ਕੋਲ ਹੀ ਆਉਣਾ ਜਿਵੇਂ ਕਿ ਮੈਂ ਹਾਂ ਤੁਹਾਡੀ ਗੱਲ ਸਹੀ ਆ ਪਰ ਮੈਂ ਇਹ ਇੱਕ ਗੱਲ ਤੁਹਾਨੂੰ ਦੱਸ ਦੇਣੀ ਚਾਹੁੰਦਾ ਵੀ ਜੇ ਤੁਸੀਂ ਇੰਨਾ ਜਗ੍ਹਾ ਤੇ ਸਰੀ ਦੇ ਵੀ ਹਾਲਾਤ ਮਾੜੇ ਆ ਜਵਾਬ ਵੇਲੇ ਬੈਠਣ ਲੱਗ ਗਿਆ ਜੇ ਤੁਸੀਂ ਇੰਨਾ ਜਗ੍ਹਾ ਤੇ ਆਉਣਾ ਵਾ ਤੇ ਬਾਪੂ ਨੂੰ ਕਹਿ ਦੇ ਮਗਰ ਜਿੱਥੇ 2 ਲੱਖ ਲਾਇਆ ਉਹ ਤੇ 7-8 ਲੱਖ ਹੋਰ ਤਿਆਰ ਰੱਖੇ ਤੁਹਾਨੂੰ ਜੀਆਈਸੀ ਗੱਲ ਦੱਸਦਾ ਮੈਂ ਕੰਮ ਕੋਈ ਨਹੀਂਗਾ ਸਰ ਵੀਕ ਚ ਸਰਵ ਦੋ ਦਿਨ ਸ਼ਿਫਟ ਲਾਉਨੇ ਤੇ ਮੈਂ ਜੀਆਈਸੀ ਚ 150 ਤੇ ਸ਼ੁਰੂ ਸ਼ੁਰੂ ਚ 2000 ਆਉਂਦਾ ਫਿਰ 670 ਹੁਣ ਤੁਸੀਂ ਸੋਚੋ ਕਿੱਥੇ ਜੀਆਈਸੀ ਨਾਲ ਆਪਾਂ ਫੀਸ ਭਰਨੀ ਆ ਆਪਣੀ ਹਰ ਇੱਕ ਕਾਲਜ ਦੀ 8000 ਫੀਸ ਹੁੰਦੀ ਹੁੰਦੀ ਆ ਤੇ ਕਿੱਥੇ ਜੀਆਈਸੀ ਨਾਲ ਫੀਸ ਭਰਨੀ ਸੀ ਤੇ ਕਿੱਥੇ ਉਹ ਉਹੀ ਜੀਆਈਸੀ ਆਪਣੀ ਰੈਂਟ ਚ ਜਾਈ ਜਾਂਦੀ ਆ ਤੇ ਗਰੋਸਰੀ ਜਾਈ ਜਾਂਦੀ ਆ ਗਰੋਸਰੀ ਇੰਨੀ ਮਹਿੰਗੀ ਮੁੰਡੇ ਦੱਸਦੇ ਨਾਲ ਦੇ ਕਹਿੰਦੇ ਅੱਗੇ 200 ਟੱਪਦੀ ਨਹੀਂ ਸੀ ਮਹੀਨੇ ਦੀ ਤੇ ਹੁਣ 250 ਟੱਪੀ ਜਾਂਦੀ ਆ ਤੇ ਸਾਰਾ ਕੁਝ ਹੀ ਮਹਿੰਗਾ ਕੀਤਾ ਪਿਆ ਮਹਿੰਗਾਈ ਦਾ ਕੈਨੇਡਾ ਦੇ ਕੁੱਲ ਮਿਲਾ ਕੇ ਮੰਦੇ ਹਾਲ ਹੀ ਆ ਹੋਰ ਥੋੜਾ ਟਾਈਮ ਆ ਦੇਖੋ ਕੀ ਬੰਦਾ ਆਉਣਾ ਤਾਂ ਆਪਣੇ ਵਾਲਿਆਂ ਨੇ ਹਟਣਾ ਨਹੀਂ ਨਾ ਇਹਨਾਂ ਨੇ ਸੱਦਨੋਂ ਨਹੀਂ ਹਟਨੇ ਇਹ ਤੁਸੀਂ ਭੁੱਲ ਜੋ ਵੀ ਕਿਤੇ ਕਹਿ ਦੇਣਗੇ ਵੀ ਆਉਣੋਂ ਹਟ ਜਾਓ ਹਨਾ ਇਹਨਾਂ ਨੇ ਤਾਂ ਆਪਦਾ ਟਾਰਗੇਟ ਆ ਬਥੇਰਾ ਇੱਥੇ ਜੰਗਲ ਪਿਆ ਵਾ ਬਥੇਰਾ ਥਾਂ ਖਾਲੀ ਪਿਆ ਵੀ ਆਈ ਚੱਲੋ ਬਟ ਗੱਲ ਇਹ ਆ ਤੁਸੀਂ ਆਸੇ ਪਾਸੇ ਵਾਲੀਆਂ ਜਗ੍ਹਾ ਤੇ ਆਓ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਨਾਈਗਰਾਜ਼ ਨੋਵਾ ਸਕੋਸ਼ੀਆ ਐਡਮਿੰਟਨ ਉਹ ਥੋੜੀਆਂ ਜੀਆਂ ਸਾਈਡਾਂ ਨੂੰ ਨਿਕਲੋ ਹੁਣ ਬ੍ਰੈਮਟਨ ਤੋਂ ਵੀ ਆਸੇ ਪਾਸੇ ਦੂਰ ਤੱਕ ਆਮ ਹੈਗਾ ਪਰ ਇੰਨੀ ਦੂਰ ਫਿਰ ਗੱਡੀ ਲੈ ਕੇ ਜਾਣਾ ਪੈਣਾ ਹਨਾ ਸਟੂਡੈਂਟ ਕਿੱਥੋਂ ਗੱਡੀ ਅਫੋਰਡ ਕਰ ਲਵੇ ਸੋ ਇਹ ਸਾਰੀਆਂ ਸੀਗੀਆਂ ਅੱਜ ਆਪਾਂ ਤੁ ਹੋਰ ਬਾਕੀ ਗੱਲਾਂ ਫੇਰ ਕਰਾਂਗੇ ਇੱਕ ਡਿਪਰੈਸ਼ਨ ਵਾਲੀ ਵੀਡੀਓ ਵੀ ਬਣਾਵਾਂਗੇ ਵੀ ਡਿਪਰੈਸ਼ਨ ਦਾ ਕਾਹਦਾ ਸ਼ਿਕਾਰ ਹੁੰਦੇ ਆ ਹੁਣ ਤੱਕ ਇਹ ਕਹਣਾ ਵੀ ਕੰਨਿਆਂ ਨੂੰ ਹਾਸਾ ਆਉਂਦਾ ਹੋਣਾ ਹਨਾ ਪਰ ਗੱਲਾਂ ਥੋੜੀਆਂ ਹੀ ਆ ਸੀਰੀਅਸ ਆ ਵੀ ਮੱਲੋ ਮੱਲੀ ਡਿਪਰੈਸਡ ਹੋ ਜਾਂਦਾ ਬੰਦਾ ਤੇ ਹੋਰ ਸਭਿਆ ਨੂੰ ਇੱਕੋ ਹੀ ਰਿਕਵੈਸਟ ਆ ਵੀ ਚਲੋ ਅੱਜ ਦੀ ਵੀਡੀਓ ਬਹੁਤ ਲੰਬੀ ਹੋ ਗਈ ਹੋਣੀ ਆ ਤੇ ਬਸ ਇਹੀ ਸੀਗਾ ਜੀ ਆਪਦਾ ਐਕਸਪੀਰੀਅੰਸ ਯਾ ਸ਼ੇਅਰ ਕਰਨਾ ਸੀਗਾ ਵਧੀਆ ਲੱਗੀ ਹਨਾ ਲਾਈਕ ਕਰ ਦਿਓ ਬਾਕੀ ਸਬਸਕ੍ਰਾਈਬ ਕਰ ਲਿਓ ਹਨਾ ਤੇ ਜੇ ਕਿਸ ਨੂੰ ਹੋਰ ਟਾਪਿਕਾਂ ਦਾ ਵੀਡੀਓ ਬਣਾਵਾਂਗੇ ਜੇ ਤੁਸੀਂ ਵੀ ਕੋਈ ਚੀਜ਼ ਪੁੱਛਣੀ ਹੈ ਕੋਈ ਟਾਪਿਕ ਤੇ ਕਹਿੰਦੇ ਵੀਡੀਓ ਬਣਾਉਗਾ ਆਪਾਂ ਬਣਾ ਦਾਂਗੇ ਵਿਲੇ ਬੈਠੇ ਆ ਬਈ ਹੁਣ ਸਾਨੂੰ ਆਇਆ ਵੀ YouTube ਤਾਂ ਚੱਲੇ ਹੋਇਆ ਸ਼ੋਰ ਨਹੀਂ ਤਾਂ ਚੱਲੇ ਸਿੱਧੀ ਸੱਚ ਸਾਫ਼ ਗੱਲ ਆ ਤੇ ਆਪਦਾ ਐਕਸਪੀਰੀਅੰਸ ਹੀ ਸ਼ੇਅਰ ਕਰ ਸਕਦੇ ਜਿਵੇਂ ਜਿਵੇਂ ਹੋਰ ਆਊਗਾ ਤੁਹਾਨੂੰ ਕਾਲਜ ਦੇ ਟੂਰ ਵੀ ਦੇ ਦਾਂਗੇ ਹੰਬਰ ਦੇ ਹੋਰ ਜਿਹੜਾ ਕੁਝ ਵੀ ਹੋਊਗਾ ਹਨਾ ਤੇ ਬਸ ਇਹੀ ਰਿਕਵੈਸਟ ਆ ਵੀ ਬ੍ਰੈਂਟਨ ਆਇਓ ਇਹ ਹੁਣਾ ਆਸੇ-ਪਾਸੇ ਆ ਜਿਓ ਤੇ ਜੇ ਬ੍ਰੈਂਟਨ ਆਉਣਾ ਫਿਰ ਬਾਪੂ ਨੂੰ ਕਹਦਾ ਵੀ ਮਗਾ 7-8 ਲੱਖ ਤਿਆਰ ਰੱਖੇ ਦੋਸਤ ਮੈਟਰਾਂ ਦੀ ਫੀਸ ਭਾਰੀ ਹੁੰਦੀ ਆ ਤੇ 16 ਦਾ ਸਮਝ ਲੋ 5-6 ਲੱਖ ਹੋਰ ਭਰਨਾ 5-6 ਲੱਖ ਜੀ ਆਈਸੀ ਦਾ ਥੋੜੀ ਸਾਰੀ ਇੱਥੇ ਫਿਰ ਰੈਂਟ ਤੇ ਉਹਦੇ ਚ ਹੀ ਜਾਣੀ ਆ ਜਵਾਬ ਇੱਥੇ 6-7 ਮਹੀਨੇ ਤੁਹਾਨੂੰ ਕੁਝ ਨਹੀਂ ਇੱਥੇ ਬ੍ਰੈਂਟਨ ਚ ਮਿਲਣਾ ਜੇ ਕੰਮ ਮਿਲੂਗਾ ਟਟਣਾ ਮਿਲਣਾ ਕੋਈ ਹਫ਼ਤਾ ਲਾ ਲਿਆ ਕੋਈ ਪੱਕਾ ਕੰਮ ਹੀ ਮਿਲਣਾਗਾ ਤੇ ਇਹ ਐ ਐ ਨਹੀਂ ਹੁਣ ਤੁਸੀਂ ਕਹੋ ਵੀ ਲਾਇਦਾ ਬੈਠਾ ਤੇ ਵੀਡੀਓ ਬਣਾਈ ਜਾਂਦਾ ਅਸੀਂ ਜਾ ਕੇ ਲੱਭ ਲਾਂਗੇ ਕੋਈ ਨਹੀਂ ਫਰਾਜੋ ਜੀ ਨੇ ਲੱਭਣਾ ਵਾ ਲੱਭ ਲਿਓ ਨਹੀਂ ਤਾਂ ਸਾਨੂੰ ਤਾਂ ਇੱਥੇ ਦੇ ਹਾਲਾਤਾਂ ਦਾ ਹੁਣ ਚੰਗੀ ਤਰ੍ਹਾਂ ਪਤਾ ਹੀ ਆ ਤੇ ਹੋ ਸਕਦਾ ਮੈਂ ਸਿੱਧਾ ਜ਼ਿਆਦਾ ਹੀ ਫ੍ਰੈਂਕ ਹੋ ਗਿਆ ਹੋਵਾਂ ਬਟ ਫਿਰ ਮੈਂ ਜੇ ਬੋਲਦਾ ਤਾਂ ਫਿਰ ਇਦਾਂ ਹੀ ਬੋਲਦਾ ਆ ਅੱਜ ਬਹੁਤ ਟਾਈਮ ਬਾਅਦ ਇਦਾਂ ਦੀ ਵੀਡੀਓ ਤੁਹਾਨੂੰ ਇਦਾਂ ਦੀ ਵੀਡੀਓ ਤਾਂ ਪਹਿਲੀ ਵਾਰੀ ਬਣਾਉਣ ਜਾ ਰਿਹਾ ਆ ਹੁਣ ਅੱਗੇ ਬਣਾਇਆ ਕਰਾਂਗੇ ਬਾਕੀ ਹਲੇ ਉਮਰ ਤਾਂ ਕੋਈ ਏਡੀ ਹੈਣੀਗੀ ਤੁਸੀਂ ਕਹੋਗੇ ਐਵੇਂ ਸਿਆਣੀਆਂੀਆਂ ਗੱਲਾਂ ਕਰੀ ਜਾਂਦਾ ਵਾ ਹਜੇ ਤਾਂ ਮੈਂ 19 ਕ ਸਾਲਾਂ ਦਾ ਹਜੇ ਆ ਪਿੱਛੇ ਜੂਨ ਜੂਨ ਛਾ 24 ਜੂਨ ਨੂੰ ਬਰਥਡੇ ਲੰਘ ਗਿਆ ਹਜੇ 19 ਕ ਸਾਲਾਂ ਦਾ ਹੀ ਹੋਇਆ ਵਾਂ ਤੇ ਪਰ ਜਿੰਨਾ ਕ ਐਕਸਪੀਰੀਅੰਸ ਨਾਲ ਸ਼ੇਅਰ ਕਰ ਸਕਦੇ ਹੋ ਹਨ ਜਿੰਨਾ ਕ ਬੋਲ ਸਕਦੇ ਹੋ ਤੁਹਾਨੂੰ ਦੱਸਾਂਗੇ ਤੇ ਬਸ ਇਹੀ ਆ ਵੀ ਚਲੋ ਸਪੋਰਟ ਕਰਿਓ ਤੇ ਬਾਈਾਕ ਬਾਕੀ ਆਪਾਂ ਤੁਹਾਨੂੰ ਜੈਮ ਵਾਲੇ ਜਿਹੜੇ ਮੁੰਡੇ ਵੀਰ ਆ ਜੈਮ ਦਾ ਕੀ ਹਾਲਾਤ ਹੈ ਹਨਾ ਮੇਰੇ ਮੈਂ ਜੈਮ ਲਾਉਂਦਾ ਰਿਹਾ ਮੇਰੇ ਨਾਲ ਜੁੜੇ ਹੋਣਗੇ ਹਨਾ ਬਾਕੀ ਮੈਂ ਬਥੇਰੇ ਨੂੰ ਇਹਨਾਂ ਦੇ ਵੀ ਜਾ ਕੇ ਜੈਮ ਲਾਵਾਂਗੇ ਹਨਾ ਤੇ ਜੈਮ ਵਲਾਗ ਵੀ ਸਕਦਾ ਵਾ ਬਟ ਪੈਸੇ ਹੋਣੇ ਚਾਹੀਦੇ ਚਿਕਨ ਦਾ ਰੇਟ 10 10 12 ਡਾਲਰ ਆ 700 ਗ੍ਰਾਮ ਚਿਕਨ ਬ੍ਰੈਸਟ ਦੀ ਇਹ ਗੱਲ ਕਰੀਏ ਫਿਰ ਆਂਡੇ ਐਗ ਦੀ ਗੱਲ ਕਰੀਏ ਤੇ ਸਭ ਕੁਝ ਬਸ ਮਹਿੰਗਾਈ ਪਾ ਰਹੀ ਆ ਤੇ ਜੇ ਤੁਸੀਂ ਜਿਮ ਲਾਉਣਾ ਵਾ ਲਾਖ ਦੇ ਘਰੋਂ ਤੱਕੜੇ ਆ ਹਨ ਸਿੱਧੀ ਜੀ ਸਬਜੀ ਗੱਲ ਆ 500 ਡਾਲਰ ਸਮਝ ਲਓ ਤੁਹਾਡੀ ਡਾਈਟ ਦਾ ਤੇ ਜਿਮ ਦਾ ਖਰਚ ਆ ਜਾਊਗਾ ਜਿਮ ਦੀ ਸਬਸਕ੍ਰਿਪਸ਼ਨ ਤਾਂ ਥੋੜੀ ਐ ਫਿਟ ਫੋਰ ਲੈਸ ਲੈ ਲਿਓ ਤੇ ਬਟ ਡਾਈਟ ਜੇ ਹੋਵੇ ਫੇਰ ਆ 100 ਡਾਲਰ ਦਾ ਤਾਂ ਪ੍ਰੋਟੀਨ ਦਾ ਡੱਬਾ ਹੀ ਹੋਣਾ ਵਾ ਤੇ 400 ਡਾਲਰ ਦਾ ਮੰਗਰ ਥੋੜਾ ਚਿਕਨ ਐਗ ਮਲਾ ਕੇ ਸਾਰਾ ਕੁਝ ਹਨ ਹੋ ਜਾਣਾ ਵਾ ਬਟ ਜੇ ਜੌਬ ਹੋਵੇ ਹੁਣ ਮੈਂ ਜਿੰਮ ਦਾ ਤੁਹਾਨੂੰ ਦੱਸਾਂਗੇ ਮੈਂ ਹਲੇ ਤਾਂ ਕੋਈ ਜਿੰਮ ਜਾ ਨਹੀਂ ਰਿਹਾਗਾ ਜਾਂ ਮੁੰਡਿਆਂ ਨਾਲ ਕਿਤੇ ਜਾੜਨਾ ਕਾਰਡ ਇਹਨਾਂ ਕੋਲ ਹੈ ਇਹਨਾਂ ਦੇ ਕਾਰਡ ਤੇ ਲੰਗ ਜਾਈਦਾ ਬਟਾਂ ਮੈਂ ਤਾਂ ਨਹੀਂ ਜਾ ਰਿਹਾ ਕੋਈ ਡਾਈਟ ਦਾ ਵੀ ਹਨ ਹੋਵੇ ਕਿਉਂਕਿ ਕੰਮ ਤਾਂ ਆਪਣੇ ਕੋਲ ਪਹਿਲਾਂ ਹੀ ਹੈਣੀ ਹੈ ਤੇ ਜੀਆਈਸੀ ਆਪਣੀ ਰੈਂਟ ਤੇ ਗ੍ਰੋਸਰੀ ਚ ਹੀ ਜਾਈ ਜਾਂਦੀ ਆ ਕੰਮ ਹੁਣ ਮੈਨੂੰ ਮਿਲੂਗਾ ਹਜੇ ਅਗਸਤ ਚ ਮਿਲੂਗਾ ਜਦੋਂ ਜਿੱਦੋਂ ਮਿਲੂਗਾ ਉਹਦਾ ਉਦੋਂ ਦੱਸ ਕਮੈਂਟ ਕਰਕੇ ਜਰੂਰ ਦੱਸ ਦਿਓ ਸੋ ਵੀਡੀਓ ਨੂੰ ਐਂਡ ਕਰਦੇ ਆ ਉਹ ਸਾਡਾ ਆਫ ਟੌਪਿਕ ਵੀ ਹੋ ਗਿਆ ਹੋਣਾ ਬਟ ਅੱਜ ਦੀ ਸਪੈਸ਼ਲ ਵੀਡੀਓ ਵੀ ਇਹੀ ਸੀਗੀ ਵੀ ਅਨਪਲੋਇਮੈਂਟ ਕਿੰਨੀ ਗਾ ਬ੍ਰੈਂਟਨ ਜੀ ਤੇ ਕਿੰਨੀ ਗਾ ਟੱਕਰਾਂ ਮੈਂ ਮਾਰ ਚੁੱਕੇ ਆ ਮੇਰੇ ਐਕਸਪੀਰੀਅੰਸ ਤੇ ਹੀ ਸੀਗੀ ਸੋ ਐਟ ਦੀ ਲਾਸਟ ਮੈਂ ਹੈਰੀ ਬੰਡੇਰ ਬਾਈਆ ਜਿਹਨੂੰ ਮੈਂ ਫੋਲੋ ਕਰਦਾ ਫਿਟਨੈਸ ਤੇ ਉਹਦੀ ਲਾਈਨ ਹੀ ਮੈਂ ਵਰਤਣਾ ਚਾਹੁੰਦਾ ਐਂਡ ਤੇ ਸੋ ਐਟ ਦੀ ਲਾਸਟ ਦਿਸ ਇ ਹਰਜੀਤ ਗੱਲ ਜੜਕ ਵਾਇਗਰੂ ਮੇਰ ਕਰੇ ਲਵ ਯੂ ਆਲ